ਵਾਹਿਗੁਰੂ 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 ਪਹਿਲਾਂ ਮਰਨ ਕਪੂਰ ਸਾਡੇ ਆਸ ਹੋ ਸਭਨਾ ਕੀ ਰੇਣਕਾ ਓ ਆਓ ਹਮਾਰੇ ਆਸ ਪਿਤਾ ਬਾਰੇ ਆ ਪੁੱਤਰ ਚਾਰੇ ਬਾਰੇ ਸਿੰਘਾ ਤੇਰੀ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੰਘਾ ਤੇਰੀ ਸ਼ਾਨ ਬਦਲੇ ਆ ਸਿੰਘਾ ਬਦਲੇ ਪਿਆਰ ਸਿੰਘਾ ਤੇਰੀ ਜੀ ਸ਼ਾਨ ਬਦਲੇ ਤੇਰੀ ਸ਼ਾਨ ਬਦਲੇ ਓ ਸਿੰਘਾ ਤੇਰੀ ਤੇਰੀ ਉਤਰ ਚਾਰੋ ਵਾਰੇ ਤੇਰੀ ਜਾਨ ਬਣੇ ਪਿਤਾ ਵਾਰਿਆ ਉਤਰ ਚਾਰੇ ਵਾਰੇ ਤੇਰੀ ਜਾਨ ਬਦਲੇ ਜਪੋ ਪਿਤਾ ਵਾਰਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੋਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਬਾਜਾਂ ਵਾਲਿਆ ਤੇਰੇ ਚੋਜ ਨਿਆਰੇ
ਤੇਰੇ ਚਰਨ ਆਰੇ ਵਾਜਾਰਿਆ ਭਾਈ ਤੇਰੇ ਚਰਨ ਆਰੇ ਓ ਵਾਜਾਰਿਆ ਤੇਰੇ ਚਰਨ ਆਰੇ ਹਾਂਜੀ ਕਲਗੀਆਂ ਵਾਲਿਆ ਤੇਰੇ ਜਨਿਆਰੇ ਵਜਾ ਵਾਲਿਆ ਤੇਰੇ ਜਨਿਆਰੇ ਵਾਲਿਆ ਤੇਰੇ ਜਨਿਆਰੇ ਕਲਗੀਆਂ ਵਾਲਿਆ ਜਪਾ ਵਜਾ ਵਾਲਿਆ ਤੇਰੇ ਚੋਜ ਨਿਆਰੇ ਚੋਜ ਨਿਆਰੇ ਤੇਰੇ ਚੋਜ ਨਿਆਰੇ ਚੋਜ ਨਿਆਰੇ ਚੋਜ ਨਿਆਰੇ ਤੇਰੇ ਚੋਜ ਤੇਰੇ ਚੋਜ ਨਿਆਰੇ ਤੇਰੇ ਚੋਜ ਨਿਆਰੇ ਵਜਾ ਵਾਲਿਆ ਤੇਰੇ ਚੋਜ ਨਿਆਰੇ ਕਲਗੀਆਂ ਵਾਲਿਆ ਤੇਰੇ ਚੋਜ ਨਿਆਰੇ ਵਜਾ ਵਾਲਿਆ ਵਾਜਾਂ ਵਾਲਿਆ ਤੇਰੇ ਚੋਜ ਨਿਆਰੇ ਨਾ ਕੋਈ ਹੋਇਆ ਤੇ ਨਾ ਕੋਈ ਆਉਣਾ ਪਿਤਾ ਦਸ਼ਮੇਸ਼ਵਾਰੇ ਦਾ ਨਾ ਕੋਈ ਹੋਇਆ ਤੇ ਨਾ ਕੋਈ ਆਉਣਾ ਪਿਤਾ ਦਸ਼ਮੇਸ਼ਵਾਰੇ ਦਾ ਕੋਈ ਹੋਇਆ ਤੇ ਨਾ ਕੋਈ ਆਉਣਾ ਪਿਤਾ ਦਸ਼ਮੇਸ਼ਵਾਰੇ ਦਾ ਸੰਗਤੇ ਪਿਤਾ ਦਸ਼ਮੇਸ਼ਵਰ ਦਾ ਸੰਗਤੇ ਪਿਤਾ ਦਸ਼ਮੇਸ਼ਵਰ ਦਾ ਪਿਤਾ
ਦੇ ਸੰਗਤ ਮੇਲਾ ਨਿਰਪਾਲ ਰੰਗਾਰ ਨਾਨਕ ਨਿਰਪਾਲ ਵਿੱਚ ਜਿੱਤਾ ਗਿਲਾ ਗੁਰ ਸਿਮਰ ਮਨਾਈ ਗੁਰ ਸਿਮਰ ਮਨਾਈ ਕਾਲਿਕਾ ਕੰਡੇ ਕੀ ਬਿਲਾ ਪੀਓ ਪਾਲ ਕੰਸਾ ਜੀ ਪੀਵੋ ਬੋਲ ਕੰਡਸਾ ਕੋਈ ਜਨਮ ਸੁਹਿਲਾ ਗੁਰ ਸੰਗਤ ਕੀ ਨੀ ਕਾਲਸਾ ਗੁਰ ਸੰਗਤ ਕੀ ਨੀ ਕਾਲਸਾ ਮਨ ਮੁਖੀ ਸੋਏਗਾ ਬਾਹੋ ਬਾਹ ਗੋਬਿੰਦ ਸਿੰਘ ਜੀ ਵਾਹੋ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਹਰ ਸੱਚੇ ਤਗ ਚਿਰ ਜਾਇਆ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਿਕ ਵਾਲੀ ਦੋ ਜਹਾਨ ਲੋਕ ਪਰਲੋਕ ਤੇ ਰਾਖੀ ਹਾਜ਼ਰ ਨਾਜ਼ਰ ਸਾਹਿਬ ਕਮਾਲ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਨਿੱਕੀ ਗੋਦ ਅੰਦਰ ਅੱਜ ਤੀਸਰੀ ਅਤੇ ਆਖਰੀ ਦੀਵਾਨ ਦੀਆਂ ਹਾਜ਼ਰੀਆਂ ਭਰਨ ਵਾਸਤੇ
ਦੂਰੋਂ ਨੇੜਿਓਂ ਚੱਲ ਕੇ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੇ ਹੋ। ਆਪਣੇ ਜੀਵਨ ਦੀਆਂ ਅਨਮੋਲਕ ਘੜੀਆਂ ਨੂੰ ਸਫਲ ਕਰਨ ਵਾਸਤੇ, ਸਤਸੰਗਤ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਬੈਠੇ ਹੋ। ਆਓ ਵਡਭਾਗਿਓ, ਕਾਫੀ ਲੰਮੇ ਸਮੇਂ ਤੋਂ ਹਰੀ ਜਸ ਕੀਰਤਨ ਸਰਵਣ ਕਰ ਰਹੇ ਹੋ। ਆਓ ਕੁਝ ਕੁ ਸਮਾਂ ਆਪਣੇ ਪਾਸ ਬਚਿਆ ਹੈ ਗੁਰਮਤ ਦੀਆਂ ਵਿਚਾਰਾਂ ਤੇ ਕਥਾ ਨਾਲ, ਇਤਿਹਾਸ ਦੀਆਂ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਜਿਤਨੇ ਵੀ ਸਰੀਰ ਗੁਰੂ ਚਰਨਾਂ ਵਿੱਚ ਜੁੜਨ ਵੇਲੇ ਬੈਠੇ ਹਾਂ, ਆਓ ਦੋਨੋਂ ਹੱਥ ਜੋੜ ਕੇ ਸਤਿਗੁਰਾਂ ਅੱਗੇ ਸੀਸ ਝੁਕਾਈਏ, ਗੱਜ ਵੱਜ ਕੇ ਫਤਿਹ ਬੁਲਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਹੋਈ, ਜੋ ਮਹਾਰਾਜ ਨੇ ਆਪਣੀ ਨਿੱਕੀ ਗੋਦ ਅੰਦਰ ਬੈਠ ਕੇ ਹਰੀ ਜਸ ਕਰਨ ਦਾ ਸਮਾਂ ਬਖਸ਼ਿਆ। ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਬੇਸ਼ੱਕ ਅੱਜ ਮੌਸਮ ਬਹੁਤ ਖਰਾਬ ਸੀ, ਪਰ ਫਿਰ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ ਆਪ ਸੰਗਤਾਂ ਦੇ ਸਹਿਯੋਗ ਨਾਲ। ਅੱਜ ਫਿਰ ਰਲ ਮਿਲ ਕੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਜੋ ਅੱਜ ਦਾ ਸਮਾਗਮ ਹੈ, ਮਹਾਰਾਜ ਨੇ ਆਪਣੀ ਗੋਦ ਵਿੱਚ ਬਿਠਾ ਕੇ ਹਰੀ ਜਸ ਕਰਨ ਦਾ ਸਮਾਂ ਬਖਸ਼ਿਆ। ਕਿਉਂਕਿ ਆਪਾਂ ਕੱਲ ਵੀ ਵਿਚਾਰ ਕੀਤੀ ਸੀ, ਮਹਾਰਾਜ ਜੀ ਕਹਿੰਦੇ ਜਿਹੜੀ ਸਤਸੰਗਤ ਹੈ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸੰਗਤ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਸਤਸੰਗਤ ਇੱਕ ਕੁਸੰਗਤ। ਸਤਸੰਗਤ ਕਿਹਨੂੰ ਕਿਹਾ ਹੈ? ਜਿੱਥੇ ਕੇਵਲ ਤੇ ਕੇਵਲ ਸਤ ਦੀ ਵਿਚਾਰ ਹੋਵੇ, ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੋਵੇ, ਉਸ ਤੋਂ ਇਲਾਵਾ ਹੋਰ ਕੋਈ ਵੀ ਦੁਨਿਆਵੀ ਗੱਲ ਨਾ ਹੋਵੇ। ਮਹਾਰਾਜ ਜੀ ਸ਼ਬਦ ਵਿੱਚ ਬਚਨ ਕਰਦੇ ਨੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆਂ ਬੁਝਾਏ ਨੀਓ। ਮਹਾਰਾਜ ਜੀ ਕਹਿੰਦੇ ਉਹ ਸਤ ਸੰਗਤ ਹੈ ਜਿੱਥੇ ਕੇਵਲ ਤੇ ਕੇਵਲ ਸਤ ਦੀ ਵਿਚਾਰ ਹੋਵੇ, ਕਿਉਂਕਿ ਸਾਡਾ ਪਰਮੇਸ਼ਰ ਵਾਹਿਗੁਰੂ ਕੇਵਲ ਇੱਕ ਹੈ, ਸਾਹਿਬ ਮੇਰਾ ਇੱਕੋ ਹੈ। ਪਰਮੇਸ਼ਰ ਇੱਕ ਹੈ, ਉਸਦੇ ਨਾਮ ਬੇਅੰਤ ਨੇ। ਕੋਈ ਉਸਨੂੰ ਰਾਮ ਕਹਿ ਕੇ ਚੇਤੇ ਕਰਦਾ, ਕੋਈ ਅੱਲਾ, ਕੋਈ ਗੋਡ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਆਓ। ਮਹਾਰਾਜ ਜੀ ਕਹਿੰਦੇ ਉਹ ਸਤ ਸੰਗਤ ਹੈ ਜਿੱਥੇ ਕੇਵਲ ਤੇ ਕੇਵਲ ਸਤ ਦੀ ਵਿਚਾਰ ਹੋਵੇ, ਪਰਮੇਸ਼ਰ ਦੇ ਨਾਮ ਦੀ ਵਡਿਆਈ। ਇੱਕ ਸਤ ਸੰਗਤ ਹੈ, ਇੱਕ ਕੁਸੰਗਤ ਹੈ। ਕੁਸੰਗਤ ਜਿੱਥੇ ਕੇਵਲ ਚੁਗਲੀ, ਨਿੰਦਿਆ, ਝੂਠ, ਹਰ ਵੇਲੇ ਬੁਰਿਆਈ ਹੁੰਦੀ ਹੈ, ਉਹ ਸੰਗਤ ਹੈ। ਜਿਹੜੀ ਸਤ ਸੰਗਤ ਹੈ ਉਹ ਮਨੁੱਖ ਨੂੰ ਸੱਚਖੰਡ ਵੱਲ ਲੈ ਜਾਂਦੀ ਹੈ। ਆਪਾਂ ਰੋਜ਼ਾਨਾ ਹੀ ਰਹਿਰਾ ਸਾਹਿਬ ਜੀ ਦੀ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤਵੈ ਉੱਤਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜ਼ਕ ਆਗੇ ਘਤਰੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਕਹਿੰਦੇ ਜਿਹਨੂੰ ਸਤ ਸੰਗਤ ਦਾ ਮਿਲਾਪ ਹੋ ਜਾਂਦਾ, ਜਿਹੜਾ ਇਕਾਗਰਤਾ ਦੇ ਨਾਲ ਜਿਵੇਂ ਗੁਰੂ ਜੀ ਸਾਨੂੰ ਦੱਸਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ, ਜਿਹੜਾ ਇਕਾਗਰਤਾ ਦੇ ਨਾਲ ਸਤ ਸੰਗਤ ਦੀ ਘੜੀ ਦਾ ਲਾਭ ਉਠਾਉਂਦਾ ਹੈ, ਆਪਣੇ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਮਹਾਰਾਜ ਜੀ ਕਹਿੰਦੇ ਉਹ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ।
ਮਹਾਰਾਜ ਨੇ ਤਾਂ ਇੱਥੋਂ ਤੱਕ ਵੀ ਵਚਨ ਕੀਤਾ ਹੈ। ਮਹਾਰਾਜ ਜੀ ਕਹਿੰਦੇ ਉਹ ਮਨੁੱਖ ਆਪ ਤਾਂ ਤਰ ਜਾਂਦਾ ਹੈ, ਆਪਣੀਆਂ ਆਉਣ ਵਾਲੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ। ਮਹਾਰਾਜ ਜੀ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ। ਕਲਯੁਗ ਦੇ ਸਮੇਂ ਵਿੱਚ ਮਹਾਰਾਜ ਜੀ ਕਹਿੰਦੇ ਜੋ ਸਮਾਂ ਚੱਲ ਰਿਹਾ, ਇਸ ਸਮੇਂ ਵਿੱਚ ਪਰਮੇਸ਼ਵਰ ਦਾ ਹਰੀ ਜਸ ਕੀਰਤਨ ਪ੍ਰਧਾਨ ਹੈ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਧਿਆਨ ਲਾ ਕੇ ਕੀਰਤਨ ਸੁਣਦਾ ਤੇ ਕੀਰਤਨ ਗਾਇਨ ਕਰਦਾ, ਭਾਵ ਕੇ ਪ੍ਰਭੂ ਦੀ ਕੀਰਤੀ ਕਰਦਾ, ਪ੍ਰਭੂ ਦੀ ਬੰਦਗੀ ਕਰਦਾ। ਮਹਾਰਾਜ ਜੀ ਕਹਿੰਦੇ ਗੁਰਮੁਖ ਜਪੀਐ ਲਾਏ ਧਿਆਨ। ਗੁਰਮੁਖ ਕੌਣ ਹੈ? ਗੁਰਮੁਖ ਉਹ ਹੈ ਜਿਹੜਾ ਗੁਰੂ ਦੀ ਮੱਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਗੁਰੂ ਦੀ ਮੱਤ ਦੇ ਅਨੁਸਾਰ ਜੋ ਗੁਰਬਾਣੀ ਸਾਨੂੰ ਆਖਦੀ ਹੈ, ਜੋ ਗੁਰੂ ਪਾਤਸ਼ਾਹ ਸਾਨੂੰ ਆਖਦੇ ਨੇ, ਉਸਦੇ ਮੁਤਾਬਿਕ ਆਪਣਾ ਜੀਵਨ ਬਤੀਤ ਕਰਦਾ। ਤੇ ਜਿਹੜਾ ਮਨਮੁਖ ਹੈ ਉਹ ਆਪਣੇ ਮਨ ਦੇ ਮਗਰ ਭੱਜਿਆ ਫਿਰਦਾ, ਕਿਉਂਕਿ ਭਗਤ ਕਬੀਰ ਜੀ ਮਹਾਰਾਜ ਇੱਕ ਸਲੋਕ ਵਿੱਚ ਬਚਨ ਕਰਦੇ ਨੇ, ਕਬੀਰ ਮਨ ਪੰਖੀ ਭਇਆ ਉੱਡ ਉੱਡ ਦੈਨ ਸਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ। ਭਗਤ ਕਬੀਰ ਜੀ ਕਹਿੰਦੇ ਮਨ ਜਿਹੜਾ ਪੰਛੀ ਦੀ ਨਿਆਈ ਹੈ, ਜਿਵੇਂ ਪੰਛੀ ਇੱਕ ਥਾਂ ਟਿੱਕੇ ਨਹੀਂ ਬੈਠਦਾ, ਮਹਾਰਾਜ ਜੀ ਕਹਿੰਦੇ ਉਸੇ ਤਰ੍ਹਾਂ ਮਨ ਹੈ। ਮਨ ਪਤਾ ਨੀ, ਮਹਾਰਾਜ ਜੀ ਕਹਿੰਦੇ ਮਨੁੱਖ ਦਾ ਸਰੀਰ ਇੱਥੇ ਬੈਠਾ ਹੋਵੇ, ਮਨ ਪਤਾ ਨੀ ਕਿੱਥੇ ਵਡਾਰੀਆਂ ਮਾਰੀਆਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਨੁੱਖ ਜੈਸੀ ਸੰਗਤ ਵਿੱਚ ਜਾਂਦਾ ਹੈ, ਜੇ ਤਾਂ ਸਤ ਸੰਗਤ ਵਿੱਚ ਜਾਂਦਾ ਹੈ, ਉਸ ਉੱਤੇ ਹੌਲੀ ਹੌਲੀ ਨਾਮ ਦਾ ਰੰਗ ਚੜ ਜਾਂਦਾ ਹੈ, ਫਿਰ ਕੈਸੀ ਦ੍ਰਿੜਤਾ ਬਣ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਅਤ ਹੈ। ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਉਹ ਅਸਲੀ ਸੂਰਮਾ ਅਸਲੀ ਯੋਧਾ ਹੈ। ਮਹਾਰਾਜ ਜੀ ਕਹਿੰਦੇ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੈ ਗੁਰੂ ਦੀ ਮੱਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ ਅਤੇ ਸਤ ਸੰਗਤ ਵਿੱਚ ਆ ਕੇ ਆਪਣਾ ਜੀਵਨ ਸਫਲ ਕਰਦੇ ਨੇ, ਤੇ ਜਿਹੜੇ ਮਨਮੁਖ ਨੇ ਮਹਾਰਾਜ ਜੀ ਕਹਿੰਦੇ ਮਨ ਦੇ ਮਗਰ ਭੱਜੇ ਫਿਰਦੇ ਨੇ, ਉਹ ਕੁਸੰਗਤ ਵਿੱਚ ਜਾਂਦੇ ਨੇ, ਉੱਥੇ ਜਾ ਕੇ ਚੁਗਲੀ ਲੈਂਦੇ ਆ, ਹਰ ਵੇਲੇ ਵਿਸ਼ੇ ਵਿਕਾਰਾਂ ਵਿੱਚ ਫਸੇ ਰਹਿੰਦੇ ਨੇ। ਮਹਾਰਾਜ ਜੀ ਕਹਿੰਦੇ ਉਹ ਆਪ ਵੀ ਡੁੱਬ ਜਾਂਦੇ ਨੇ, ਆਪਣੀਆਂ ਕੁੱਲਾਂ ਵੀ ਡੋਬ ਲੈਂਦੇ। ਤੇ ਜਿਹੜਾ ਮਨੁੱਖ ਰੋਜ਼ਾਨਾ ਸੰਗਤ ਵਿੱਚ ਆਉਂਦਾ ਹੈ, ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਦਾ, ਰੱਬ ਦੇ ਬਖਸ਼ਿਆਂ ਦਾ ਸੰਗ ਕਰਦਾ, ਮਹਾਰਾਜ ਜੀ ਕਹਿੰਦੇ ਉਹ ਆਪ ਵੀ ਤਰ ਜਾਂਦਾ, ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁੱਲ ਤਾਰੇ ਹਰ ਦਰਗਹਿ ਪਤ ਸਿਓ। ਮਹਾਰਾਜ ਚੰਦ ਕਹਿੰਦੇ ਜਿਹੜਾ ਗੁਰਮੁਖ ਹੈ, ਮਹਾਰਾਜ ਜੀ ਕਹਿੰਦੇ ਉਹ ਧਿਆਨ ਲਾ ਕੇ ਕੀਰਤਨ ਨੂੰ ਸੁਣਦਾ, ਪ੍ਰਭੂ ਦੀ ਵਡਿਆਈ ਨੂੰ ਸੁਣਦਾ ਤੇ ਗਾਇਨ ਕਰਦਾ। ਮਹਾਰਾਜ ਜੀ ਕਹਿੰਦੇ ਉਹ ਆਪ ਵੀ ਤਰ ਜਾਂਦਾ, ਆਪਣੀ ਆਉਣ ਵਾਲੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਗੁਰੂ ਦੀ ਮੱਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੀ ਸੰਗਤ ਹੈ, ਸਤ ਸੰਗਤ ਹੈ, ਉਹ ਮਨੁੱਖ ਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ, ਤੇ ਜਿਹੜੀ ਕੁਸੰਗਤ ਹੈ ਉਹ ਮਨੁੱਖ ਨੂੰ ਡੋਬ ਦਿੰਦੀ ਹੈ। ਇਉਂ ਮਹਾਰਾਜ ਜੀ ਕਥਨ ਕਰਦੇ ਨੇ, ਕਬੀਰ ਮਨ ਪੰਖੀ ਭਇਆ ਉੱਡ ਉੱਡ ਦੈਨ ਦੀ ਸਜਾਈ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ। ਇਉਂ ਮਹਾਰਾਜ ਜੀ ਤੈਨੂੰ ਡੋਬ ਦੂ ਕੁਸੰਗ ਮਨਾ ਮੇਰਿਆ, ਸਤ ਸੰਗ ਤਾਰ ਦਿਓ ਤੈਨੂੰ ਡੋਬ ਦੂ ਕੁਸੰਗ ਮਨਾ ਮੇਰਿਆ, ਸਤ ਸੰਗ ਤਾਰ ਦਿਓਗਾ ਮੇਰਿਆ, ਸਤ ਸੰਗ ਤਾਰ
ਮੇਰੇ ਪਿਆਰੇ ਸਤਸੰਗ ਕਰ ਦਿਓਗਾ, ਪਿਆਰਿਆ ਸਤਸੰਗ ਕਰ ਦਿਓਗਾ, ਪਿਆਰੇ ਦੀ ਸਤਸੰਗ ਦੋਗ ਦੋਗ ਸੰਗ ਮਨਾ ਮੇਰੇ ਆਪ ਸੰਗ ਮਨਾ ਮੇਰੇ ਸਤ ਸੰਗ ਕਰ ਦੇਵਾ, ਤੈਨੂੰ ਦੋਗ ਦੋਗ ਸੰਗ ਮਨਾ ਮੇਰੇ ਸਤ ਸੰਗ ਕਰ ਦੇਵਾ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰੇ, ਮਹਾਰਾਜ ਜੀ ਕਹਿੰਦੇ ਭਵ ਸਾਗਰ ਤੋਂ ਤਰ ਜਾਂਦਾ, ਨਹੀਂ ਤਾਂ ਮਹਾਰਾਜ ਜੀ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨਾ ਵਾਹਿਗੁਰੂ ਹਰੀ। ਇਸ ਕਰਕੇ ਮਹਾਰਾਜ ਜੀ ਸਾਨੂੰ ਬਾਰ ਬਾਰ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਿ ਹੇ ਜੀਵ, ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਤਸੰਗਤ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ, ਸੋ ਰੋਜ਼ਾਨਾ ਹੀ ਜਦੋਂ ਵੀ ਸਮਾਂ ਮਿਲਦਾ ਗੁਰੂ ਦੇ ਚਰਨਾਂ ਵਿੱਚ ਆ ਕੇ ਸਤਸੰਗਤ ਕਰਨੀ ਚਾਹੀਦੀ। ਆਓ ਹੁਣ ਆਪਣੀਆਂ ਬਿਰਤੀਆਂ ਨੂੰ ਉੱਥੇ ਹੀ ਲੈ ਚੱਲੀਏ ਕਿ ਕਿਵੇਂ ਕੱਲ ਆਪ ਇਤਿਹਾਸ ਸਰਵਣ ਕੀਤਾ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਮਹਾਰਾਜ ਜੀ ਨੇ ਵਾਰੋਂ ਵਾਰੀ ਪੰਜਾਂ ਪੰਜਾਂ ਸਿੰਘਾਂ ਦਾ ਜਥਾ ਬਣਾ ਕੇ ਗੜੀ ਤੋਂ ਤੋਰਿਆ, ਜਿਸ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸ਼ਹੀਦੀਆਂ ਪ੍ਰਾਪਤ ਕਰ ਗਏ। ਫਿਰ ਸੱਚੇ ਪਾਤਸ਼ਾਹ ਮਹਾਰਾਜ ਸਿੰਘਾਂ ਦੇ ਕਹਿਣ ਤੇ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਛੱਡ ਕੇ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਆਏ। ਇੱਥੇ ਆ ਕੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਕੀੜਿਆਂ ਦਾ ਰਹਿਣਾ। ਇੱਥੇ ਫਿਰ ਉਹ 40 ਸਿੰਘ ਵੀ ਮਹਾਰਾਜ ਜੀ ਨੂੰ ਆ ਕੇ ਮਿਲੇ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੂੰ ਬੇਦਾਵਾ ਦਿੱਤਾ ਸੀ। ਜਦੋਂ ਅਨੰਦਪੁਰ ਦੇ ਕਿਲੇ ਵਿੱਚ ਰਾਸ਼ਨ ਖਤਮ ਹੋ ਗਿਆ, ਖਾਣ ਪੀਣ ਦੀਆਂ ਵਸਤਾਂ ਖਤਮ ਹੋ ਗਈਆਂ, ਸਿੰਘਾਂ ਨੇ ਪੱਤਿਆਂ ਨਾਲ ਵੀ ਗੁਜ਼ਾਰਾ ਕੀਤਾ, ਦਰਖਤਾਂ ਦੇ ਸੱਕ ਲਾ ਕੇ ਵੀ ਖਾਧੇ। ਉਸ ਵਕਤ ਕਈ ਸਿੰਘ ਮਹਾਰਾਜ ਨੇ ਸਾਨੂੰ ਇਹ ਕਰਕੇ ਦਿਖਾਇਆ ਕਿ ਮਹਾਰਾਜ ਜੀ ਕਿਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ। ਇਸ ਕਰਕੇ ਉਸ ਵਕਤ 40 ਸਿੰਘ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ਕਿ ਗੁਰੂ ਜੀ, ਉਸ ਵਕਤ ਮਹਾਰਾਜ ਜੀ ਨੇ ਕਿਹਾ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ
ਤਾਂ ਇੱਥੇ ਮੋਰ ਲਾ ਕੇ ਜਾਓ, ਅੰਗੂਠਾ ਲਾ ਕੇ ਜਾਓ ਕਿ ਅੱਜ ਤੋਂ ਤੂੰ ਸਾਡਾ ਗੁਰੂ ਨੀ, ਅਸੀਂ ਤੇਰੇ ਸਿੱਖ। ਉਸ ਵਕਤ 40 ਸਿੰਘ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ। ਇੱਥੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕੇ ਉਹਨਾਂ ਨਾਲ ਮਿਲਾਪ ਹੋਇਆ। ਸੋ ਆਓ ਦੂਸਰੇ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ। ਜਦੋਂ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪਿਆ ਤਾਂ ਮਾਤਾ ਜੀ ਅਤੇ ਸਾਹਿਬਜ਼ਾਦੇ ਇਹ ਫਿਰ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਗਏ। ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਇਹਨਾਂ ਨੇ ਇੱਕ ਰਾਤ ਗੁਜ਼ਾਰੀ। ਸਤਪੋਹ ਦੀ ਰਾਤ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਇਹਨਾਂ ਨੇ ਗੁਜ਼ਾਰੀ। ਮਾਤਾ ਜੀ ਵਾਸਤੇ ਅਤੇ ਸਾਹਿਬਜ਼ਾਦਿਆਂ ਵਾਸਤੇ ਕੁੰਮਾ ਮਾਸ਼ਕੀ ਨੇ ਨਾਲ ਦੇ ਘਰ ਇੱਕ ਬੀਬੀ ਤੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਸਾਹਿਬਜ਼ਾਦੇ ਅਤੇ ਮਾਤਾ ਨੂੰ ਛਕਾਇਆ। ਉਸ ਵਕਤ ਜਦੋਂ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪਿਆ ਤਾਂ ਮਾਤਾ ਜੀ ਅਤੇ ਸਾਹਿਬਜ਼ਾਦੇ ਤੁਰੇ ਜਾਂਦੇ ਨੇ। ਸਾਹਿਬਜ਼ਾਦੇ ਮਾਤਾ ਨੂੰ ਬਾਰ ਬਾਰ ਪੁੱਛਦੇ ਨੇ, ਮਾਤਾ ਜੀ ਸਾਡੇ ਵੱਡੇ ਵੀਰ ਕਿੱਥੇ ਨੇ, ਸਾਡੇ ਗੁਰੂ ਪਿਤਾ ਜੀ ਕਿੱਥੇ ਨੇ। ਉਸ ਵਕਤ ਮਾਤਾ ਜੀ ਬਾਰ ਬਾਰ ਹੌਸਲਾ ਦਿੰਦੇ ਨੇ, ਬੱਚਿਓ ਉਹ ਜਿਵੇਂ ਪਰਮੇਸ਼ੁਰ ਨੂੰ ਮਨਜ਼ੂਰ ਹੈ, ਵਾਹਿਗੁਰੂ ਨੂੰ ਮਨਜ਼ੂਰ ਹੈ, ਉਸਦੇ ਹੁਕਮ ਵਿੱਚ ਸਭ ਹੋ ਰਿਹਾ। ਜੇਕਰ ਪਰਮੇਸ਼ੁਰ ਨੂੰ ਮਨਜ਼ੂਰ ਹੋਵੇਗਾ ਤਾਂ ਤੁਹਾਡੇ ਵੱਡੇ ਵੀਰ ਅਤੇ ਮਾਤਾ ਜੀ ਅਤੇ ਗੁਰੂ ਸਾਹਿਬ ਤੁਹਾਨੂੰ ਆ ਕੇ ਮਿਲਣਗੇ। ਉਸ ਵਕਤ ਫਿਰ ਮਾਤਾ ਜੀ ਨੂੰ ਬਾਰ ਬਾਰ ਸਾਹਿਬਜ਼ਾਦੇ ਪੁੱਛਦੇ ਨੇ ਅਤੇ ਮਾਤਾ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਕੀ ਕਹਿ ਰਹੇ ਨੇ। ਮਨੋ ਬਚਿਓ ਪਾਣਾ ਵਾਹਿਗੁਰੂ ਦਾ, ਮਨੋ ਬਚਿਓ ਪਾਣਾ ਵਾਹਿਗੁਰੂ ਦਾ, ਮਨੋ ਬਚਿਓ ਪਾਣਾ ਵਾਹਿਗੁਰੂ ਦਾ, ਮਨੋ ਬਚਿਓ ਪਾਣਾ ਵਾਹਿਗੁਰੂ ਦਾ। ਵਾਹਿਗੁਰੂ ਦਾ ਪਾਣਾ ਵਾਹਿਗੁਰੂ ਦਾ, ਵਾਹਿਗੁਰੂ ਦਾ ਪਾਣਾ ਵਾਹਿਗੁਰੂ ਦਾ। ਮਨੋ ਬਚਿਓ ਪਾਣਾ ਵਾਹਿਗੁਰੂ ਦਾ, ਮਨੋ ਬਚਿਓ ਪਾਣਾ ਵਾਹਿਗੁਰੂ ਦਾ, ਮਨੋ ਬਚਿਓ ਪਾਣਾ ਗੁਰੂ ਅਰਜਨ ਦੇਵ ਜੀ ਮਹਾਰਾਜ। ਜਦੋਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਸ ਤਰ੍ਹਾਂ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਮਝਾਉਂਦੇ। ਤਾਂ ਫਿਰ ਉਸ ਵਕਤ ਸਤਪੋਹ ਦੀ ਰਾਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਬਿਤਾਈ। ਮਾਤਾ ਜੀ ਨੂੰ ਪ੍ਰਸ਼ਾਦਾ ਛਕਿਆ, ਸਾਹਿਬਜ਼ਾਦਿਆਂ ਨੇ ਪ੍ਰਸ਼ਾਦਾ ਛਕਿਆ, ਨਿਤਨੇਮ ਕੀਤਾ,
ਮਾਤਾ ਜੀ ਆਪਣੇ ਪੋਤਿਆਂ ਨੂੰ ਬਾਰ ਬਾਰ ਦਾਦਾ ਪੜਦਾਦਿਆਂ ਦੀ ਸਾਖੀਆਂ ਸੁਣਾਉਂਦੇ ਨੇ ਕਿ ਕਿਸ ਤਰ੍ਹਾਂ ਤੁਹਾਡੇ ਪੜਦਾਦਾ ਜੀ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਵੀ ਅਨੇਕਾਂ ਹੀ ਤਸੀਹੇ ਦਿੱਤੇ ਗਏ, ਉਹਨਾਂ ਨੂੰ ਬਾਰ ਬਾਰ ਇਸਲਾਮ ਧਰਮ ਕਬੂਲਣ ਵਾਸਤੇ ਕਿਹਾ, ਪਰ ਉਹਨਾਂ ਨੇ ਤੱਤੀ ਤਵੀ ਤੇ ਬੈਠਣਾ ਮਨਜ਼ੂਰ ਕੀਤਾ ਪਰ ਇਸਲਾਮ ਕਬੂਲ ਨਹੀਂ ਕੀਤਾ। ਇਸੇ ਤਰ੍ਹਾਂ ਤੁਹਾਡੇ ਗੁਰੂ ਪਿਤਾ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਹਿੰਦੂ ਧਰਮ ਖਤਰੇ ਵਿੱਚ ਸੀ, ਕਸ਼ਮੀਰੀ ਪੰਡਿਤ ਰੋਂਦੇ ਕੁਰਲਾਉਂਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਵਿੱਚ, ਮਹਾਰਾਜ ਜੀ ਸਾਡਾ ਧਰਮ ਡੁੱਬਦਾ ਜਾ ਰਿਹਾ ਹੈ, ਔਰੰਗਜ਼ੇਬ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ। ਉਸ ਵਕਤ ਬੱਚਿਓ ਤੁਹਾਡੇ ਦਾਦਾ ਜੀ ਨੇ ਹਿੰਦੂ ਧਰਮ ਦੀ ਖਾਤਰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਆਪਣਾ ਸੀਸ ਦਿੱਤਾ। ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਲੂਹ ਚ ਲਪੇਟ ਕੇ ਸਾੜਿਆ ਗਿਆ, ਭਾਈ ਦਯਾਲਾ ਜੀ ਜਿਨ੍ਹਾਂ ਨੂੰ ਉੱਭਰਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ। ਸਾਹਿਬ ਜਾਦਿਓ ਇਹ ਤੋਰਾਂ ਤੁਹਾਡੇ ਦਾਦੇ ਪੜਦਾਦੇ ਨੇ ਕਿਸ ਤਰ੍ਹਾਂ ਮਹਾਨ ਸ਼ਹਾਦਤਾਂ ਦਿੱਤੀਆਂ ਪਰ ਇਸਲਾਮ ਨੇ ਧਰਮ ਨਹੀਂ ਛੱਡਿਆ, ਇਸ ਕਰਕੇ ਤੁਹਾਡੇ ਤੇ ਵੀ ਹੁਣ ਪ੍ਰੀਖਿਆਵਾਂ ਪੈਣਗੀਆਂ, ਤੁਸੀਂ ਵੀ ਡੋਲਿਓ ਨਾ। ਸੋ ਰੋਹ ਵਿਚਾਰ ਕੁੰਮੇ ਮਾਸ਼ਕਰੀ ਝੁੱਗੀ ਤੋਂ ਫਿਰ ਅਗਲੇ ਸਵੇਰ ਗੰਗੂ ਉਹਨਾਂ ਨੂੰ ਮਿਲ ਪਿਆ ਸਾਹਿਬਜ਼ਾਦਿਆਂ ਤੇ ਮਾਤਾ ਜੀ, ਫਿਰ ਆਪਣੇ ਘਰ ਸਹੇੜੀ ਲੈ ਗਏ। ਉੱਥੇ ਫਿਰ ਰਾਤ ਦੇ ਵਕਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਪ੍ਰਸ਼ਾਦਾ ਛਕਿਆ, ਵਿਸ਼ਰਾਮ ਕਰ ਰਹੇ ਨੇ। ਉਸ ਵਕਤ ਗੰਗੂ ਦੱਬੀ ਪੈਰੀ ਆਇਆ ਅਤੇ ਮਾਤਾ ਜੀ ਦੇ ਕਮਰੇ ਵਿੱਚੋਂ ਜਿਹੜੀ ਮੋਹਰਾਂ ਵਾਲੀ ਥੈਲੀ ਸੀ ਮਾਤਾ ਜੀ ਪਾਸ, ਜਦੋਂ ਮਾਤਾ ਜੀ ਕੁੰਮੇ ਮਾਸ਼ਕਰੀ ਝੁੱਗੀ ਵਿੱਚੋਂ ਚੱਲਣ ਲੱਗੇ ਤਾਂ ਉਸ ਵਕਤ ਮਾਤਾ ਜੀ ਨੇ ਉਸ ਮੋਹਰਾਂ ਵਾਲੀ ਥੈਲੀ ਵਿੱਚੋਂ 5 ਮੋਹਰਾਂ ਕੁੰਮੇ ਮਾਸ਼ਕੀ ਨੂੰ ਦਿੱਤੀਆਂ ਤੇ 2 ਮੋਹਰਾਂ ਉਸ ਬੀਬੀ ਨੂੰ ਦਿੱਤੀਆਂ ਜਿਸਨੇ ਪ੍ਰਸ਼ਾਦਾ ਤਿਆਰ ਕੀਤਾ। ਉਸ ਵਕਤ ਇਸ ਗੰਗੂ ਦੀ ਨਿਗਾਹ ਇਹ ਮੋਹਰਾਂ ਵਾਲੀ ਥੈਲੀ ਤੇ ਚੱਲੀ। ਉਸ ਵਕਤ ਉਸਦੇ ਮਨ ਵਿੱਚ ਲਾਲਚ ਆ ਗਿਆ, ਬੇਸ਼ੱਕ ਉਹ ਗੁਰੂ ਘਰ ਰਹਿੰਦਾ ਸੀ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਘਰ ਦਾ ਰਸੋਈਆ ਸੀ, ਪਰ ਦਿਲੋਂ ਪ੍ਰੇਮ ਨਹੀਂ ਸੀ। ਤਾਂ ਹੀ ਤਾਂ ਮਹਾਰਾਜ ਜੀ ਨੇ ਸਾਨੂੰ ਇਹ ਬਚਨ ਕੀਤਾ ਹੈ। ਮਹਾਰਾਜ ਜੀ ਕਹਿੰਦੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇਓ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ। ਜਿਹਨੇ ਪ੍ਰਭੂ ਨਾਲ ਪ੍ਰੇਮ ਕੀਤਾ, ਦਿਲੋਂ ਪ੍ਰੇਮ ਕੀਤਾ, ਜਿਵੇਂ ਭਗਤ ਫਰੀਦ ਜੀ ਦੱਸਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ। ਕਹਿੰਦੇ ਉਹ ਮਨੁੱਖ ਕੱਚੇ ਨੇ ਜਿਹੜੇ ਦਿਲ ਤੋਂ ਕੁਝ ਹੋਰ ਆਖਦੇ ਨੇ ਤੇ ਮੂੰਹ ਤੋਂ ਕੁਝ ਹੋਰ ਆਖਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹੀ ਸੱਚੇ ਨੇ ਜਿਹੜੇ ਦਿਲੋਂ ਪਰਮੇਸ਼ਰ ਨਾਲ ਪ੍ਰੀਤ ਪਾਉਂਦੇ ਨੇ। ਰੱਤੇ ਇਸ਼ਕ ਖੁਦਾਏ ਰੰਗ ਦੇ ਧਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇਸ਼, ਸੇ ਤਿਨ ਧਨ ਜਣੇਂਦੀ ਮਾਉ ਆਏ ਸਫਲ ਸੇ। ਪਰਵਦਗਾਰ ਅਪਾਰ ਅਗੰਮ ਬੇਅੰਤ ਤੋਂ, ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ, ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀ ਜੈ ਬੰਦ। ਸੋ ਉਸ ਵਕਤ ਮਾਤਾ ਜੀ ਅਤੇ ਸਾਹਿਬਜ਼ਾਦੇ ਗੰਗੂ ਦੇ ਘਰ ਵਿਸ਼ਰਾਮ ਕਰ ਰਹੇ ਨੇ 8 ਪੋਹ ਦੀ ਰਾਤ ਨੂੰ। ਉਸ ਵਕਤ ਗੰਗੂ ਉਸਦੇ ਮਨ ਵਿੱਚ ਲਾਲਚ ਆਇਆ, ਉਹ ਮਾਤਾ ਜੀ ਦੇ ਕਮਰੇ ਵਿੱਚ ਆਇਆ ਦੱਬੇ ਪੈਰੀ, ਅਤੇ ਉਸਨੇ ਉਹ ਮੋਹਰਾ ਵਾਲੀ ਥੈਲੀ ਜਿਹੜੀ ਸੀ ਉਹ ਚੁੱਕ ਕੇ ਲੈ ਕੇ। ਮਾਤਾ ਜੀ ਨੂੰ ਅਚਾਨਕ ਪਤਾ ਲੱਗ ਗਿਆ, ਜਦੋਂ ਦੂਜੀ ਸਵੇਰ ਹੋਈ
ਮਾਤਾ ਜੀ ਗੰਗੂ ਨੂੰ ਆਖਦੇ ਨੇ, ਗੰਗੂ ਜੇਕਰ ਤੈਨੂੰ ਮਾਇਆ ਦੀ ਲੋੜ ਸੀ ਤਾਂ ਸਾਤੋਂ ਮੰਗ ਕੇ ਲੈ ਲੈਂਦਾ ਸੀ, ਕਿਹੜਾ ਤੈਨੂੰ ਜਵਾਬ ਦੇਣ ਲੱਗੇ ਸੀ। ਉਸ ਵਕਤ ਗੰਗੂ ਉੱਚੀ ਉੱਚੀ ਰੋਲਾ ਪਾਉਣ ਲੱਗਾ, ਮਾਤਾ ਜੀ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਪਨਾਹ ਦਿੱਤੀ ਹੈ, ਤੁਹਾਨੂੰ ਮੈਂ ਰਹਿਣ ਵਾਸਤੇ ਆਪਣਾ ਘਰ ਦਿੱਤਾ, ਤੁਹਾਨੂੰ ਪ੍ਰਸ਼ਾਦਾ ਸਿਖਾਇਆ, ਤੁਹਾਡੀ ਇਤਨੀ ਸੇਵਾ ਕੀਤੀ ਹੈ, ਉੱਤੋਂ ਤੁਸੀਂ ਮੇਰੇ ਤੇ ਝੂਠਾ ਇਲਜ਼ਾਮ ਲਗਾ ਰਹੇ ਹੋ। ਉਸ ਵਕਤ ਫਿਰ ਗੰਗੂ ਉੱਚੀ ਉੱਚੀ ਰੋਲਾ ਪਾਉਂਦਾ ਪਾਉਂਦਾ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕਮਰੇ ਵਿੱਚ ਬੰਦ ਕਰਕੇ ਆਪ ਮੋਰਿੰਡੇ ਚਲਾ ਗਿਆ। ਮੋਰਿੰਡੇ ਜੇਲ੍ਹ ਵਿੱਚ ਗਿਆ, ਉੱਥੇ ਜਾ ਕੇ ਸ਼ਿਕਾਇਤ ਕੀਤੀ ਕੋਤਵਾਲ ਪਾਸ ਕਿ ਗੁਰੂ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਮੇਰੇ ਘਰ ਠਹਿਰੇ ਹੋਏ, ਜਾਓ ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰ। ਨਾਲੇ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੁੱਕ ਲਈ, ਨਾਲੇ ਸਰਕਾਰ ਤੋਂ ਇਨਾਮ ਪ੍ਰਾਪਤ ਕਰਨ ਵਾਸਤੇ ਉਸਨੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਜੇਲ੍ਹ ਵਿੱਚ ਫੜਾ ਦਿੱਤਾ। ਉਸ ਵਕਤ ਮੋਰਿੰਡੇ ਜੇਲ੍ਹ ਦੇ ਸਿਪਾਹੀ ਜਾਂਦੇ ਨੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਗੱਡਿਆਂ ਵਿੱਚ ਬਿਠਾ ਕੇ ਫਿਰ ਉਹਨਾਂ ਨੇ ਮੋਰਿੰਡੇ ਕੋਤਵਾਲ ਜੇਲ੍ਹ ਵਿੱਚ ਲੈ ਕੇ ਆ। ਉਸ ਵਕਤ ਜੇਲ੍ਹ ਵਿੱਚ ਸਾਹਿਬਜ਼ਾਦਿਆਂ ਕੁੱਤਿਆਂ ਨੂੰ ਸਮਝਾ ਰਹੀਆਂ ਨੇ, ਬੱਚਿਓ ਕਦੇ ਵੀ ਆਪਣਾ ਧਰਮ ਨਹੀਂ ਛੱਡਣਾ, ਕਿਉਂਕਿ ਸਾਡੇ ਧਰਮ ਦਾ ਅਸੂਲ ਕੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ। ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨ ਕੀ ਰੇਣ ਕਾ ਤੋ ਆਓ ਹਮਾਰੇ। ਇਸ ਤਰ੍ਹਾਂ ਦਾਦੀ ਆਪਣੇ ਪੋਤਿਆਂ ਨੂੰ ਬਾਰ 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 ਸਮਝਾਉਂਦੀ ਹੈ, ਬੱਚਿਓ ਕਿਸ ਤਰ੍ਹਾਂ ਤੁਹਾਡੇ ਪੜਦਾਦਾ ਤੇ ਦਾਦਾ ਜੀ ਨੇ ਮਹਾਨ ਸ਼ਹਾਦਤਾਂ ਦਿੱਤੀਆਂ ਪਰ ਆਪਣਾ ਧਰਮ ਨਹੀਂ ਛੱਡਿਆ, ਤੁਸੀਂ ਵੀ ਡੋਲ ਨਾ ਜਾਇਓ। ਇਸ ਕਰਕੇ ਮਾਤਾ ਜੀ ਬਾਰ ਬਾਰ ਆਪਣੇ ਸਾਹਿਬਜ਼ਾਦਿਆਂ ਨੂੰ ਸਮਝਾਉਂਦੇ। ਸੋ ਰੋਹ ਵਿਚਾਰ ਜਦੋਂ ਵਜ਼ੀਰ ਖਾਂ ਚਮਕੌਰ ਦੀ ਜੰਗ ਹਾਰ ਕੇ ਵਾਪਸ ਆਇਆ, ਉਸਨੂੰ ਖਬਰ ਮਿਲੀ ਕਿ ਗੁਰੂ ਜੀ ਦੇ ਮਾਤਾ ਜੀ ਅਤੇ ਸਾਹਿਬਜ਼ਾਦੇ ਉਸਦੇ ਕਬਜ਼ੇ ਵਿੱਚ ਨੇ, ਮੋਰਿੰਡੇ ਦੇ ਜੇਲ੍ਹ ਵਿੱਚ ਨੇ। ਉਸ ਵਕਤ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜਾਓ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਵੇ। ਠੰਡਾ ਬੁਰਜ ਜਿਸ ਵਿੱਚ ਸ਼ੀਤ ਹਵਾਵਾਂ ਚੱਲਦੀਆਂ ਨੇ, ਠੰਡੀਆਂ ਹਵਾਵਾਂ ਚੱਲਦੀਆਂ, ਗਰਮੀਆਂ ਵਿੱਚ ਵੀ ਉੱਥੇ ਬੜੀ ਠੰਡ ਲੱਗਦੀ ਸੀ। ਇਤਿਹਾਸ ਦੱਸਦਾ ਹੈ ਕਿ ਵਜ਼ੀਰ ਖਾਂ ਗਰਮੀਆਂ ਵਿੱਚ ਠੰਡੇ ਬੁਰਜ ਵਿੱਚ ਉੱਥੇ ਬੈਠਿਆ ਕਰਦਾ, ਉੱਥੇ ਵੀ ਇਤਨੀ ਠੰਡ ਲੱਗਦੀ ਸੀ ਗਰਮੀਆਂ ਵਿੱਚ, ਪਰ ਠੰਡੇ ਬੁਰਜ ਵਿੱਚ ਇਤਨੀ ਠੰਡ ਵਿੱਚ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਕੈਦ ਕਰਕੇ ਰੱਖਿਆ। ਉਸ ਵਕਤ ਵਜ਼ੀਰ ਖਾਂ ਨੇ ਕਿਹਾ ਕਿ ਇਹਨਾਂ ਨੂੰ ਨਾ ਤਾਂ ਕੁਝ ਖਾਣ ਪੀਣ ਦੀ ਵਸਤ ਦਿੱਤੀ ਜਾਵੇ, ਨਾ ਹੀ ਕੋਈ ਬਸਤਰ ਦਿੱਤਾ ਜਾਵੇ। ਉਸ ਵਕਤ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਰੱਖਿਆ। ਮਾਤਾ ਜੀ ਉੱਥੇ ਵੀ ਕਾਇਮ ਰਹੇ ਅਤੇ ਆਪਣੇ ਪੋਤਿਆਂ ਨੂੰ ਗੁਰਸਿੱਖੀ ਨਾਲ ਜੋੜਦੇ ਰਹੇ। ਸੋ ਇਤਿਹਾਸ ਦੱਸਦਾ ਹੈ 10 ਪੋਹ ਦੀ ਰਾਤ ਨੂੰ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ। ਸੋਰੋ ਵਿਚਾਰ ਸਾਹਿਬਜ਼ਾਦਿਆਂ ਨੇ ਅਤੇ ਮਾਤਾ ਜੀ ਨੇ ਨਿਤਨੇਮ ਕੀਤਾ, ਵਿਸ਼ਰਾਮ ਕੀਤਾ। ਜਦੋਂ ਦੂਜੀ ਸਵੇਰ ਹੋਈ 11 ਪੋਹ, ਸਿਪਾਹੀ ਲੈਣ ਵਾਸਤੇ ਸਾਹਿਬਜ਼ਾਦਿਆਂ ਨੂੰ ਆਉਂਦੇ ਨੇ, ਮਾਤਾ ਜੀ ਸਾਹਿਬਜ਼ਾਦਿਆਂ ਨੂੰ ਤਿਆਰ ਕਰੋ, ਅੱਜ ਇਹਨਾਂ ਦੀ ਕਚਹਿਰੀ ਵਿੱਚ ਪੇਸ਼ੀ ਹੈ। ਸੂਬਾ ਏ ਸਰਹੰਦ ਵਜ਼ੀਰ ਖਾਨ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਬੁਲਾਇਆ। ਉਸ ਵਕਤ ਮਾਤਾ ਆਖਦੀ ਹੈ, ਬੇਟਾ ਇਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਕੀ ਦੋਸ਼ ਹੈ, ਇਹਨਾਂ ਨੂੰ ਕਿਸ ਜੁਰਮ ਵਿੱਚ ਤੁਸੀਂ ਕਚਹਿਰੀ ਵਿੱਚ ਲੈ ਕੇ ਜਾਣਾ ਚਾਹੁੰਦੇ, ਕਿਸ ਵਾਸਤੇ ਪੇਸ਼ੀ ਹੈ। ਉਸ ਵਕਤ ਸਿਪਾਹੀ ਆਖਦੇ ਨੇ, ਮਾਤਾ ਜੀ ਇਸ ਵਿੱਚ ਸਾਡਾ ਕੋਈ ਦੋਸ਼ ਨਹੀਂ, ਜਿਵੇਂ ਸਾਨੂੰ ਸਰਕਾਰ ਦਾ ਹੁਕਮ ਹੈ, ਸਮੇਂ ਦੀ ਸਰਕਾਰ ਦਾ ਹੁਕਮ ਹੈ, ਅਸੀਂ ਹੁਕਮ ਦੇ ਬੱਦੇ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ।
ਉਸ ਵਕਤ ਫਿਰ ਮਾਤਾ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ ਅਤੇ ਮਾਤਾ ਜੀ ਨੇ ਸਿਪਾਹੀਆਂ ਦੇ ਨਾਲ ਸਾਹਿਬਜ਼ਾਦਿਆਂ ਨੂੰ ਤੋਰਿਆ। ਪਹਿਲਾਂ ਮਾਤਾ ਜੀ ਆਖਦੇ ਨੇ ਕਿ ਮੈਂ ਨਾਲ ਚੱਲਾਂ, ਪਰ ਸਿਪਾਹੀਆਂ ਨੇ ਕਿਹਾ ਨਹੀਂ ਮਾਤਾ ਜੀ ਇਕੱਲੇ ਸਾਹਿਬਜ਼ਾਦਿਆਂ ਨੂੰ ਬੁਲਾਇਆ। ਉਸ ਵਕਤ ਫਿਰ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਿਪਾਹੀਆਂ ਦੇ ਨਾਲ ਜਾ ਰਹੇ ਨੇ। ਸਿਪਾਹੀ ਰਸਤੇ ਵਿੱਚ ਸਮਝਾਉਂਦੇ ਜਾਂਦੇ ਨੇ ਕਿ ਸਾਹਿਬਜ਼ਾਦਿਓ, ਜਦੋਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਜਾਣਾ ਹੈ, ਉੱਥੇ ਜਾ ਕੇ ਸ਼ੀਸ਼ ਝੁਕਾ ਕੇ ਵਜ਼ੀਰ ਖਾਨ ਨੂੰ ਸਲਾਮ ਕਰਨੀ। ਉਸ ਵਕਤ ਸਾਹਿਬਜ਼ਾਦੇ ਹੱਸਦੇ ਮੁਸਕਰਾਉਂਦੇ ਇੱਕ ਦੂਜੇ ਵੱਲ ਦੇਖਦੇ ਜਾਂਦੇ ਨੇ। ਸੋ ਰੋਹ ਵਿਚਾਰ ਕਚਹਿਰੀ ਵਿੱਚ ਉਸ ਵਕਤ ਦੇ ਮੰਤਰੀ ਸੰਤਰੀ ਜਿਤਨੇ ਵੀ ਕਚਹਿਰੀ ਭਰੀ ਹੋਈ ਸੀ। ਸਾਹਿਬਜ਼ਾਦੇ ਜਦੋਂ ਸਿਪਾਹੀਆਂ ਦੇ ਨਾਲ ਦਰਬਾਰ ਵਿੱਚ ਕਚਹਿਰੀ ਵਿੱਚ ਪਹੁੰਚੇ ਤਾਂ ਉਸ ਵਕਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਗੱਜ ਕੇ ਫਤਿਹ ਬੁਲਾਈ, ਕੀ ਆਖਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਲਾਲਾ ਫਤਿਹ ਦਾ ਜੈਕਾਰਾ ਚੱਲਿਆ ਸੂਬੇ ਦੀ ਕਚਹਿਰੀ ਜਾਇ ਕੇ, ਲਾਲਾ ਫਤਿਹ ਦਾ ਜੈਕਾਰਾ ਚੱਲਿਆ ਸੂਬੇ ਦੀ ਕਚਹਿਰੀ ਜਾਇ ਕੇ, ਸੂਬੇ ਦੀ ਮੇਰੇ ਪਿਆਰੇ ਸੂਬੇ ਦੀ ਕਚਹਿਰੀ ਜਾਏਗਾ, ਲਾਲਾ ਲਾਲਾ ਸੂਬੇ ਦੀ ਕਚਹਿਰੀ ਜਾਏਗਾ, ਸੂਬੇ ਦੀ ਸੰਗ ਦੇ ਸੂਬੇ ਦੀ ਕਚਹਿਰੀ ਜਾਏਗਾ, ਮੇਰੇ ਪਿਆਰੇ ਸੂਬੇ ਦੀ ਕਚਹਿਰੀ ਜਾਏਗਾ, ਸੂਬੇ ਦੀ ਕਚਹਿਰੀ ਜਾਏਗਾ। ਲਾਲਾ ਫਤਿਹ ਦਾ ਜੈਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏਗਾ, ਲਾਲਾ ਫਤਿਹ ਦਾ ਜੈਕਾਰਾ ਛੱਡਿਆ ਸੂਬੇ ਦੀ ਕਚਹਿਰੀ ਜਾਏਗਾ, ਲਾਲਾ ਫਤਿਹ ਦਾ ਸੂਬੇ ਦੀ ਉਸ ਵਕਤ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ਸੁੱਚਾ ਆਨੰਦ, ਅਸੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅਤੇ ਆਪਣੇ ਗੁਰੂ ਪਿਤਾ ਤੋਂ ਇਲਾਵਾ ਕਿਸੇ ਅੱਗੇ ਸੀਸ ਨਹੀਂ ਝੁਕਾਉਂਦੇ। ਮਹਾਰਾਜ ਜੀ, ਸਾਹਿਬਜ਼ਾਦੇ ਨੇ ਸਾਨੂੰ ਇੱਕ ਇੱਥੇ ਵੀ ਸਿੱਖਿਆ ਦਿੱਤੀ ਹੈ ਕਿ ਅੱਜ ਦਾ ਜਿਹੜਾ ਸਮਾਂ ਚੱਲਦਾ ਹੈ, ਸਿੱਖ ਕਿੱਥੇ ਕਿੱਥੇ ਜਾ ਕੇ ਮੱਥੇ ਟੇਕ ਰਿਹਾ।
ਕਿੱਥੇ ਕਿੱਥੇ ਜਾ ਕੇ ਮੜੀਆਂ ਤੇ ਮਹਾਰਾਜ ਨੇ ਇੱਥੇ ਸਾਨੂੰ ਸਾਹਿਬਜ਼ਾਦਿਆਂ ਰਾਹੀਂ ਸੇਧ ਦਿੱਤੀ ਹੈ ਕਿ ਆਪਣਾ ਸੀਸ ਗੁਰੂ ਗ੍ਰੰਥ ਸਾਹਿਬ ਜੀ ਤੋਂ ਅੱਗੇ ਕਦੇ ਕਿਤੇ ਅੱਗੇ ਨਹੀਂ ਚੁਕਾਉਣੀ। ਸੋ ਰਹੋ ਵਿਚਾਰ, ਸਾਹਿਬਜ਼ਾਦਿਆਂ ਨੂੰ ਡਰਾਇਆ ਜਾ ਰਿਹਾ ਕਿ ਬੱਚਿਓ ਇਹ ਤੁਹਾਡੇ ਗੁਰੂ ਪਿਤਾ ਦਾ ਦਰਬਾਰ ਨਹੀਂ, ਇੱਥੇ ਆਪਣਾ ਸੀਸ ਝੁਕਾਓ, ਵਜ਼ੀਰ ਖਾਨ ਨੂੰ ਸਲਾਮ ਕਰੋ, ਸੂਬਾ ਸਰਹੰਦ ਨੂੰ ਸਲਾਮ ਕਰੋ, ਸੁੱਚਾ ਆਨੰਦ ਅਤੇ ਕਾਜੀ ਬੜੇ ਪ੍ਰੇਮ ਨਾਲ ਉਹਨਾਂ ਨੂੰ ਲਾਲਚ ਦੇਣ ਲੱਗੇ। ਬੱਚਿਓ ਤੁਹਾਡੀਆਂ ਉਮਰਾਂ ਬੜੀਆਂ ਛੋਟੀਆਂ ਨੇ, ਤੁਸੀਂ ਜੋ ਚਾਹੋਗੇ। ਉਸ ਵਕਤ ਇਤਿਹਾਸ ਇਹ ਵੀ ਦੱਸਦਾ ਹੈ ਕਿ ਇੱਕ ਥਾਂ ਉਹਨਾਂ ਨੇ ਛੋਟਾ ਜਿਹਾ ਬਾਜ਼ਾਰ ਲਾਇਆ ਜਿੱਥੇ ਖਾਣ ਪੀਣ ਵਾਲੀਆਂ ਮਹਿੰਗੀਆਂ ਮਹਿੰਗੀਆਂ ਵਸਤਾਂ, ਬਹੁਤ ਵਧੀਆ ਵਧੀਆ ਮਹਿੰਗੀਆਂ ਵਸਤਾਂ ਅਤੇ ਖੇਡਣ ਵਾਸਤੇ ਕਢਾਉਣੇ ਤੇ ਨਾਲ ਹੀ ਅਸਤਰਾਂ ਸ਼ਸਤਰਾਂ ਦੀ ਦੁਕਾਨ ਲਾਈ। ਉਸ ਵਕਤ ਉਹ ਕਹਿਣ ਲੈ ਦਿੱਤੇ ਜਾਣਗੇ, ਜੋ ਤੁਸੀਂ ਮੂੰਹੋਂ ਮੰਗੋਗੇ ਉਹ ਤੁਹਾਨੂੰ ਸਭ ਕੁਝ ਦਿੱਤਾ ਜਾਏਗਾ, ਪਰ ਇੱਕ ਸ਼ਰਤ ਹੈ, ਤੁਸੀਂ ਇਸਲਾਮ ਕਬੂਲ ਕਰ ਲਓ, ਤੁਸੀਂ ਆਪਣਾ ਧਰਮ ਛੱਡ ਦਿਓ। ਉਸ ਵਕਤ ਸਾਹਿਬਜ਼ਾਦਿਆਂ ਨੇ ਫਿਰ ਗਰਕ ਵੀ ਆਵਾਜ਼ ਵਿੱਚ ਆ ਕੇ, ਸੂਬਾ ਸਰਹੰਦ, ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਲਾਲ ਹਾਂ, ਅਸੀਂ ਕਿਸੇ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਵਿੱਚ ਵਿਸ਼ਵਾਸ ਰੱਖਦੇ। ਉਸ ਵਕਤ ਸਾਹਿਬਜ਼ਾਦਿਆਂ ਨੇ ਇਉਂ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਜਵਾਬ ਦਿੱਤਾ, ਉਹ ਪ੍ਰੇਮ ਨਾਲ ਪੜ੍ਹੀਏ। ਮਰਨੀ ਮਰ ਜਾਵਾਂਗੇ, ਸਿੱਖੀ ਨੀ ਛੱਡਣੀ ਸੂਬਿਆ, ਮਰਨੀ ਮਰ ਜਾਵਾਂਗੇ, ਸਿੱਖੀ ਨੀ ਛੱਡਣੀ ਸੂਬਿਆ, ਸਿੱਖੀ ਨੀ ਛੱਡਣੀ ਸੂਬਿਆ, ਸਿੱਖੀ ਨੀ ਛੱਡਣੀ ਸੂਬਿਆ, ਸੱਜ ਕੇ ਸਿੱਖੀ ਨੇ ਮਰਨੀ ਮਰ ਜਾਵਾਂਗੇ, ਸਿੱਖੀ ਛੱਡਣੀ ਸੂਬਿਆ, ਮਰਨੀ ਮਰ ਜਾਵਾਂਗੇ, ਸਿੱਖੀ ਨੀ ਛੱਡਣੀ ਸੂਬਿਆ, ਮਰ ਜਾਵਾਂਗੇ, ਛੱਡਣੀ ਸੂਬਿਆ, ਓ ਮਰਨੀ ਮਰਨੀ ਮਰ ਜਾਵਾਂਗੇ, ਸਿੱਖੀ ਨੀ ਛੱਡਣੀ ਸੂਬਿਆ। ਸਾਹਿਬਜ਼ਾਦੇ ਆਖਦੇ ਨੇ ਸਾਡੇ ਧਰਮ ਦੀ ਤਾਂ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਕਿੱਥੋਂ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਭਗਤ ਕਬੀਰ ਜੀ ਇੱਥੋਂ ਤੱਕ ਆਖਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਕਹਿੰਦੇ ਜਿਹੜੀ ਮੌਤ ਤੋਂ ਸਾਰਾ ਡਰ ਸੰਸਾਰ ਡਰਦਾ ਹੈ, ਭਗਤ ਕਬੀਰ ਜੀ ਕਹਿੰਦੇ ਮੇਰੇ ਮਨ ਤਾਂ ਆਨੰਦ ਹੈ ਕਿ ਕਦੋਂ ਮੌਤ ਦਾ ਵਕਤ ਆਏਗਾ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਇਸ ਕਰਕੇ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਆਪਣੀ ਸਿੱਖੀ ਨਹੀਂ ਛੱਡਣੀ, ਧਰਮ ਨਹੀਂ ਛੱਡਣਾ, ਸਾਨੂੰ ਭਾਵੇਂ ਤੁਸੀਂ ਮੌਤ ਦੇ ਘਾਟ ਉਤਾਰ ਦਿਓ, ਸ਼ਹੀਦੀਆਂ ਬਖਸ਼ ਦਿਓ, ਪਰ ਅਸੀਂ ਸਿੱਖੀ ਨਹੀਂ ਛੱਡਣੀ। ਉਸ ਵਕਤ ਬਥੇਰੇ ਲਾਲਚ ਦਿੱਤੇ
ਨੇੜੇ ਆ ਕੇ ਸਮਝਾਉਂਦਾ ਹੈ ਬੱਚਿਆਂ ਨੂੰ, ਬਾਲਕਾਂ ਨੂੰ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪੋਤੇ ਨੇ, ਜਿਨ੍ਹਾਂ ਨੇ ਹਿੰਦੂਆਂ ਦੇ ਧਰਮ ਦੀ ਖਾਤਰ ਆਪਣਾ ਦਿੱਲੀ ਚਾਂਦਨੀ ਚੌਂਕ ਵਿੱਚ ਜਾ ਕੇ ਬਲੀਦਾਨ ਦਿੱਤਾ। ਉਸ ਵਕਤ ਸਾਹਿਬਜ਼ਾਦਿਆਂ ਨੂੰ ਫਿਰ ਵਜ਼ੀਰ ਖਾਨ ਨੇ ਆਖਿਆ ਕਿ ਇਉਂ ਕਰੋ, ਅੱਜ ਇਹਨਾਂ ਨੂੰ ਇਹਨਾਂ ਦੀ ਦਾਦੀ ਪਾਸ ਵਾਪਸ ਭੇਜ ਦਿਓ, ਕੱਲ੍ਹ ਦੁਆਰਾ ਕਚਹਿਰੀ ਲੱਗੇਗੀ। ਫਿਰ 11 ਪੋਹ ਦੀ ਕਚਹਿਰੀ ਜਿੱਦੇ ਲੱਗੀ, ਫਿਰ ਸਾਹਿਬਜ਼ਾਦੇ ਬਾਪ ਦੀਆਂ ਵਸਤਾਂ, ਖਿਡੌਣੇ, ਖਾਣ ਪੀਣ ਦੇ ਪਦਾਰਥ ਰੱਖੇ। ਮਾਤਾ ਜੀ ਭੁੱਖ ਬੜੀ ਲੱਗੀ ਸੀ, ਪਰ ਫਿਰ ਵੀ ਅਸੀਂ ਇੱਕ ਵੀ ਵਸਤੂ ਨਹੀਂ ਚੱਕੀ, ਕਿਉਂਕਿ ਆਪ ਜੀ ਨੇ ਸਾਨੂੰ ਸਿੱਖਿਆ ਦਿੱਤੀ ਸੀ। ਉਸ ਵਕਤ ਮਾਤਾ ਜੀ ਨੇ ਦਾਦੀ ਮਾਤਾ ਨੇ ਆਪਣੇ ਪੋਤਿਆਂ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ। ਉਸ ਵਕਤ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਮੋਤੀ ਰਾਮ ਮਹਿਰਾ, ਜਿਸ ਨੇ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਸਿਪਾਹੀ ਜਾਨ ਨਹੀਂ ਸੀ ਦੇ ਰਹੇ, ਸਿਪਾਹੀਆਂ ਨੂੰ ਫਿਰ ਸੋਨੇ ਦੀਆਂ ਮੋਹਰਾਂ ਦਿੱਤੀਆਂ, ਤਾਂ ਮੋਤੀ ਰਾਮ ਮਹਿਰਾ ਨੇ ਠੰਡੇ ਬੁਰਜ ਵਿੱਚ ਜਾ ਕੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਸੋ ਰਹੋ ਵਿਚਾਰ, ਇਸੇ ਤਰ੍ਹਾਂ ਹੀ ਫਿਰ ਦੂਸਰਾ ਦਿਨ ਆਇਆ 12 ਪੋਹ, ਜੋ ਕਿ ਕੱਲ ਦਿਨ ਬੀਤ ਕੇ ਗਿਆ। 12 ਪੋਹ ਵਾਲੇ ਦਿਨ ਫਿਰ ਸਾਹਿਬਜ਼ਾਦਿਆਂ ਨੂੰ ਦੂਜੇ ਦਿਨ ਬੁਲਾਇਆ ਗਿਆ ਕਚਹਿਰੀ ਵਿੱਚ। ਸਾਹਿਬਜ਼ਾਦੇ ਜਾਂਦੇ ਨੇ ਸਿਪਾਹੀਆਂ ਦੇ ਨਾਲ, ਰਸਤੇ ਵਿੱਚ ਸਿਪਾਹੀ ਫਿਰ ਕਹਿੰਦੇ ਨੇ ਕਿ ਬੱਚਿਓ ਅੱਜ ਜਾ ਕੇ ਫਤਿਹ ਨਹੀਂ ਬੁਲਾਉਣੀ, ਉੱਥੇ ਜਾ ਕੇ ਵਜ਼ੀਰ ਖਾਨ ਨੂੰ ਸੀਸ ਝੁਕਾਉਣਾ। ਇਧਰੋਂ ਕਚਹਿਰੀ ਵਾਲਿਆਂ ਨੇ ਇੱਕ ਸਕੀਮ ਘੜੀ, ਕਿਉਂ ਨਾ ਅਸੀਂ ਵੱਡਾ ਦਰਵਾਜ਼ਾ ਬੰਦ ਕਰਕੇ ਇੱਕ ਛੋਟੀ ਖਿੜਕੀ ਖੋਲੀ। ਉਸ ਵਕਤ ਫਿਰ ਕਚਹਿਰੀ ਵਿੱਚ ਦਰਬਾਰ ਦਾ ਵੱਡਾ ਗੇਟ ਬੰਦ ਕਰ ਦਿੱਤਾ ਗਿਆ ਅਤੇ ਕਚਹਿਰੀ ਦਾ ਛੋਟਾ ਗੇਟ, ਛੋਟੀ ਟਾਕੀ ਜਿਹਨੂੰ ਕਹਿੰਦੇ ਨੇ, ਉਹ ਖੋਲੀ, ਤਾਂ ਜੋ ਜਦੋਂ ਸਾਹਿਬਜ਼ਾਦੇ ਅੰਦਰ ਆਉਣਗੇ ਆਪਣਾ ਸੀਸ ਝੁਕਾਉਣਗੇ ਤੇ ਅਸੀਂ ਸਾਰੇ ਤਾਲੀਆਂ ਮਾਰ ਦੇਵਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਸੀਸ ਝੁਕਾ ਦਿੱਤਾ। ਸੂਬਾ ਸਰਹੰਦ ਵਜ਼ੀਰ ਖਾਂ ਕੇ ਆਪਣਾ ਸੀਸ ਝੁਕਾ ਦਿੱਤਾ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ। ਸਾਹਿਬਜ਼ਾਦੇ ਆਏ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਿਪਾਹੀ ਅੰਦਰ ਵੜੇ, ਉਹਨਾਂ ਨੇ ਆਪਣਾ ਸੀਸ ਝੁਕਾਇਆ। ਜਦੋਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅੰਦਰ ਜਾਣ ਲੱਗੇ, ਉਹਨਾਂ ਨੇ ਪਹਿਲਾਂ ਆਪਣੀ ਜੁੱਤੀ ਅੰਦਰ ਕੀਤੀ, ਫਿਰ ਆਪ ਅੰਦਰ। ਇਸ ਤਰ੍ਹਾਂ ਸੂਬਾ ਸਰਹੰਦ ਨੂੰ ਜੁੱਤੀ ਦਿਖਾਈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ, ਮਰਨੋਂ ਨਹੀਂ ਡਰਦੇ। ਉਸ ਵਕਤ ਫਿਰ ਕਚਹਿਰੀ ਵਿੱਚ ਫਿਰ ਉਹਨਾਂ ਨੇ ਪਹਿਲੇ ਦਿਨ ਦੀ ਤਰ੍ਹਾਂ ਹੀ ਗੱਜ ਕੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਦਰਬਾਰ ਵਿੱਚ ਸਨਾਟਾ ਸੀ। ਫਿਰ ਉਹੀ ਲਾਲਚ ਜੋ ਪਹਿਲੇ ਦਿਨ ਦਿੱਤੇ ਗਏ ਕਿ ਸਾਹਿਬਜ਼ਾਦਿਓ ਤੁਹਾਡੀਆਂ ਉਮਰਾਂ ਨਿੱਕੀਆਂ ਨੇ, ਤੁਸੀਂ ਜੋ ਕਹੋਗੇ ਤੁਹਾਨੂੰ ਹਰ ਪ੍ਰਕਾਰ ਦੇ ਸੁੱਖ ਦਿੱਤੇ ਜਾਣਗੇ, ਹਰ ਪ੍ਰਕਾਰ ਦੀਆਂ ਵਸਤੂਆਂ ਜੋ ਮੂੰਹੋਂ ਮੰਗੋਗੇ ਹਰ ਕੁਛ ਦਿੱਤਾ ਜਾਵੇਗਾ, ਪਰ ਸ਼ਰਤ ਇਹ ਹੈ ਕਿ ਇਸਲਾਮ ਕਬੂਲ, ਤੁਹਾਨੂੰ ਹਰ ਪ੍ਰਕਾਰ ਦੇ ਸੁੱਖ ਦਿੱਤੇ ਜਾਣਗੇ। ਸਾਹਿਬਜ਼ਾਦੇ ਨਾਂ ਡੋਲੇ ਕਿ ਸਾਨੂੰ ਮਰਨਾ ਮਨਜ਼ੂਰ ਹੈ, ਪਰ ਅਸੀਂ ਇਸਲਾਮ ਕਬੂਲ ਨਹੀਂ ਕਰਨਾ। ਸਾਡੇ ਦਾਦਾ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਨੇ ਹਿੰਦੂਆਂ ਦੇ ਧਰਮ ਦੀ ਖਾਤਰ ਆਪਣਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਸ਼ਹੀਦ ਹੋਏ, ਤੁਸੀਂ ਉਹਨਾਂ ਦੇ ਪੋਤਿਆਂ ਨੂੰ ਇਸਲਾਮ ਕਬੂਲ ਕਰਨ ਵਾਸਤੇ ਕਹਿ ਰਹੇ ਹੋ। ਸੋ ਇਸੇ ਤਰ੍ਹਾਂ ਦੂਸਰੇ ਦਿਨ ਫਿਰ ਸਾਹਿਬਜ਼ਾਦੇ ਜਦੋਂ ਨਾ ਮੰਨੇ, ਤਾਂ ਫਿਰ ਕਾਜੀ ਨੇ, ਇੱਥੇ ਇੱਕ ਹੋਰ ਇਤਿਹਾਸ 'ਚ ਜ਼ਿਕਰ ਆਉਂਦਾ ਹੈ, ਨਵਾਬ ਮਲੇਰਕੋਟਲਾ ਜੋ ਕਿ ਵਜ਼ੀਰ ਖਾਨ ਨੇ ਸੱਦਿਆ ਸੀ ਕਿਉਂਕਿ ਉਹਨਾਂ ਦੇ ਭਰਾ ਤਾਂ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਉਸ ਵਕਤ ਫਿਰ ਮਲੇਰਕੋਟਲਾ ਨਵਾਬ ਨੂੰ ਵੀ ਕਿਹਾ ਗਿਆ, ਵਜ਼ੀਰ ਖਾਂ ਆਖਦਾ ਹੈ ਕਿ ਨਵਾਬ ਸਾਹਿਬ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ, ਕਿਉਂਕਿ ਇਸਲਾਮ ਧਰਮ ਵਿੱਚ ਇਹ ਰੂਲ ਹੈ ਕਿ ਬੱਚਿਆਂ ਅਤੇ ਔਰਤਾਂ ਤੇ ਜ਼ੁਲਮ ਨਹੀਂ ਕੀਤਾ। ਪਰ ਉਸ ਵਕਤ ਮਲੇਰਕੋਟਲਾ ਨਵਾਬ ਦੇ ਹਾਂ ਦਾ ਨਾਰਾ ਮਾਰ ਕੇ ਕਚਹਿਰੀ ਵਿੱਚ ਉੱਚ ਲਿਆ।
ਪਰ ਉਸ ਵਕਤ ਵਜ਼ੀਰ ਕਹਾਉਂਦੇ ਸੀ ਪਰ ਅਸੀਂ ਆਪ ਜੀ ਦੀ ਸਿੱਖਿਆ ਤੇ ਖਰੇ ਉਤਰੇ। ਪਰ ਮਾਤਾ ਜੀ ਉਹਨਾਂ ਨੇ ਅੱਜ ਫਤਵਾ ਸੁਣਾਇਆ ਕਿ ਕੱਲ ਸਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ। ਮਾਤਾ ਜੀ ਫਿਰ ਹੌਸਲਾ ਦਿੰਦੇ, ਬੱਚਿਓ ਕੋਈ ਗੱਲ ਨੀ, ਤੁਹਾਡੇ ਦਾਦਾ ਪਿਤਾ ਜੀ ਜੋ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੀ ਵੀ ਸ਼ਹੀਦੀ ਹੋਈ। ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ 33 ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਕੋਈ ਗੱਲ ਨੀ, ਜੇਕਰ ਤੁਹਾਡੀਆਂ ਵੀ ਜਾਨਾਂ ਧਰਮ ਦੇ ਲਈ ਤਾਂ ਇਸ ਵਿੱਚ ਮੈਨੂੰ ਬੜੀ ਖੁਸ਼ੀ। ਐਸੀ ਮਾਤਾ ਧੰਨ ਜਿਗਰਾ ਮਾਤਾ ਗੁਜਰੀ ਜੀ ਦਾ, ਜਿਨ੍ਹਾਂ ਨੇ ਆਪ ਆਪਣੇ ਸਾਹਿਬਜ਼ਾਦਿਆਂ ਨੂੰ ਹੱਥੀ ਤਿਆਰ ਕਰਕੇ ਜੰਗ ਵੱਲ ਤੋਰਨਾ। ਸੰਸਾਰ ਵਿੱਚ ਬੜੀਆਂ ਮਾਵਾਂ ਹੋਈਆਂ ਨੇ, ਪਰ ਮਾਤਾ ਗੁਜਰ ਕੌਰ ਵਰਗੀ ਮਾਂ ਨਾ ਤਾਂ ਸੰਸਾਰ ਵਿੱਚ ਹੋਈ ਹੈ ਤੇ ਨਾ ਹੀ ਕੋਈ। ਆਓ ਪ੍ਰੇਮ ਦੇ ਨਾਲ ਧਾਰਨਾ ਕਰੀਏ। ਮਾਵਾਂ ਜੱਗ ਵਿੱਚ ਹੋਈਆਂ ਮਿਲਣੀ ਨੀ, ਮਿਲਣੀ ਨੀ। ਆਓ ਉਹ ਦਿਨ ਆਇਆ 13 ਪੋਹ ਅੱਜ ਦਾ ਦਿਨ, ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਮਾਂ ਸਮਾਪਤ ਹੈ। ਆਓ ਤੂਕ ਮਾਤਰ ਵਿਚਾਰ ਸਰਵਣ ਕਰੋ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਤਿਆਰ ਕਰਦੇ ਨੇ, ਸਿਪਾਹੀ ਆਏ, ਮਾਤਾ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕਰੋ, ਅੱਜ ਇਹਨਾਂ ਨੂੰ ਕੀਤਾ ਜਾਣਾ। ਮਾਤਾ ਜੀ ਨੇ ਆਪਣੇ ਬਾਲਕਾਂ ਨੂੰ ਆਪਣੇ ਪੋਤਿਆਂ ਨੂੰ ਨਵੇਂ ਬਸਤਰ ਪਹਿਨਾਏ, ਸੀਸ ਉੱਤੇ ਕਲਗੀ ਸਜਾਈ, ਮੱਥੇ ਚੁੰਮੇ, ਕਿਉਂਕਿ ਮਾਤਾ ਜੀ ਨੂੰ ਪਤਾ ਕਿ ਅੱਜ ਦੇ ਗਏ ਨੇ, ਇਹਨਾਂ ਨੇ ਵਾਪਸ ਮੁੜ ਕੇ ਨਹੀਂ ਆਉਣਾ। ਅੱਗੇ ਤਾਂ ਕਚਹਿਰੀ ਚ ਜਾਂਦੇ ਸੀ, ਪੇਸ਼ੀ ਪੈਂਦੀ ਸੀ, ਪਰ ਵਾਪਸ ਆ ਜਾਂਦੇ ਸੀ। ਪਰ ਧੰਨ ਮਾਤਾ ਗੁਜਰ ਕੌਰ ਦਾ ਜਿਗਰਾ, ਪਤਾ ਸੀ ਕਿ ਪੋਤਿਆਂ ਨੇ ਵਾਪਸ ਨਹੀਂ ਆਉਣਾ, ਫਿਰ ਵੀ ਆਪਣੇ ਹੱਥੀ ਪੋਤਿਆਂ ਨੂੰ ਤਿਆਰ ਕੀਤਾ। ਮਾਤਾ ਜੀ ਜਾਂਦੇ ਵਕਤ ਆਪਣੇ ਸਾਹਿਬਜ਼ਾਦਿਆਂ ਨੂੰ ਬੜੀ ਘੁੱਟ ਕੇ ਜੱਫੀ ਪਾਈ ਅਤੇ ਇਉਂ ਸਾਹਿਬਜ਼ਾਦੇ ਮਾਤਾ ਜੀ ਨੂੰ ਆਖਦੇ ਨੇ, ਆਓ ਪ੍ਰੇਮ ਦੇ ਨਾਲ ਨਿੱਕੀ ਜੀ ਕਵਿਤਾ ਸਰਵਣ ਕਰੀਏ, ਉਪਰੰਤ ਸਮੇਂ ਦੀ ਸਮਾਪਤੀ ਹੈ। ਨਾ ਉਡੀਕੀ ਦਾਤੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਤੀਏ ਅਸੀਂ ਮੁੜ ਨਹੀਂ ਆਉਣਾ। ਜਪੋ ਨਾ ਉਡੀਕੀ ਦਾਤੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ, ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ। ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ, ਲਡਾਉਣਾ। ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ,
ਮੁੜ ਨਹੀਂ ਆਉਣਾ ਚੱਲੇ ਮੌਤ ਬਿਆਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਪੜ ਬੰਨ ਲਏ ਹੁਣ ਕਲਗੀਆਂ ਲਾ ਦੇ ਚੱਲੇ ਮੌਤ ਬਿਆਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਪੜ ਬੰਨ ਲਏ ਹੁਣ ਕਲਗੀਆਂ ਲਾ ਦੇ ਆਂਦਰਾ ਦਾ ਸਿਰਾ ਲਾਉਣਾ ਉਹ ਮਾਤਾ ਬੈਰੀ ਨੇ ਹੈ ਆਂਦਰਾ ਦਾ ਸਿਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਮਾਤਾ ਜੀ ਨੂੰ ਆਖਦਾ ਮਾਤਾ ਜੀ ਮੈਂ ਤਾਂ 9 ਸਾਲ ਦਾ ਹਾਂ ਪਰ ਮੇਰਾ ਛੋਟਾ ਵੀ ਛੋਟਾ ਉਸ ਵਕਤ ਕੀ ਆਖਦੇ ਆ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨ ਪਹਿਲਾਂ ਜਾਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੜੀ ਹੈ ਇਸ ਤੋਂ ਇਹਨ ਪਹਿਲਾਂ ਜਾਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲਾਂ ਜਾਣਾ ਮੈਂ ਤਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲਾਂ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਮਾਤਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਲਾਉਡੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਲਾਉਡੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋ ਕਿਵੇਂ ਸੁਣਾਂਗੇ ਲੋਰੀਆਂ ਮਾਂ ਤੇਰੇ ਬਾਜੋ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋ ਕਿਵੇਂ ਸੁਣਾਂਗੇ ਲੋਰੀਆਂ ਮਾਂ ਤੇਰੇ ਬਾਜੋ ਬਾਬਾ ਫਤਿਹ ਸਿੰਘ ਕੀ ਆਖਦਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਮਾਤਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਉਡੀਕੀ ਦਾਦੀਏ ਮਾਤਾ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ ਸਿਪਾਹੀ ਆਏ
ਸਿਪਾਹੀਆਂ ਦੇ ਨਾਲ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਾ ਰਹੇ। ਅੱਜ ਦੇ ਦਿਨ 13 ਪੋਹ ਫਿਰ ਸਰਹੰਦ ਦੀ ਧਰਤੀ ਤੇ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਸੀ ਉੱਥੇ ਦੋ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹਨਾਂ ਦੋ ਜਲਾਦਾਂ ਨੂੰ ਬੁਲਾਇਆ ਗਿਆ ਕਿਉਂਕਿ ਇਹਨਾਂ ਦੀ ਉਸ ਵਕਤ ਮੁਕੱਦਮਾ ਚੱਲ ਰਿਹਾ ਸੀ, ਇਹਨਾਂ ਦੀ ਰਿਹਾਈ ਬਾਕੀ ਸੀ। ਉਸ ਵਕਤ ਫਿਰ ਵਜ਼ੀਰ ਖਾਨ ਨੇ ਕਿਹਾ ਕਿ ਤੁਸੀਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰੋ, ਨੀਹਾਂ ਚ ਚਿਣੋ, ਤੁਹਾਡੀ ਬਾਕੀ ਦੀ ਸਜ਼ਾ ਮਾਫ਼ ਕਰ ਦਿੱਤੀ ਜਾਏਗੀ। ਸੋ ਸਾਹਿਬਜ਼ਾਦਿਆਂ ਨੂੰ ਫਿਰ ਇੱਕ ਵਾਰ ਪੁੱਛਿਆ, ਬੱਚਿਓ ਹਜੇ ਵੀ ਸਮਾਂ ਹੈ, ਤੁਸੀਂ ਇਸਲਾਮ ਕਬੂਲ ਕਰ ਲਓ, ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ। ਉਸ ਵਕਤ ਫਿਰ ਸਾਹਿਬਜ਼ਾਦਿਆਂ ਨੇ ਇਨਕਾਰ ਕੀਤਾ, ਫਿਰ ਨੀਂਹ ਚਿਣਨੀ ਸ਼ੁਰੂ ਹੋਈ। ਸਾਹਿਬਜ਼ਾਦਿਆਂ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਆਰੰਭ ਕੀਤਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੱਚ। ਸਾਹਿਬਜ਼ਾਦਿਆਂ ਨੇ ਬਾਣੀ ਦਾ ਪਾਠ ਸ਼ੁਰੂ ਕੀਤਾ, ਇਧਰੋਂ ਜਲਾਦਾਂ ਨੇ ਨੀਂਹ ਚਿਣਨੀ ਸ਼ੁਰੂ ਕਰ ਦਿੱਤੀ। ਇਤਿਹਾਸ ਇੱਥੋਂ ਤੱਕ ਵੀ ਦੱਸਦਾ ਹੈ ਕਿ ਜਦੋਂ ਬਾਬਾ ਅਜੀਤ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਨੀਂਹ ਵਿੱਚ ਚਿਣਿਆ ਜਾ ਰਿਹਾ ਸੀ, ਬਾਬਾ ਫਤਿਹ ਸਿੰਘ ਦੀ ਚੱਪਣੀ ਬਾਹਰ ਆਈ, ਉਹਨਾਂ ਜ਼ਾਲਮਾਂ ਨੇ ਬਾਬਾ ਫਤਿਹ ਸਿੰਘ ਦੀ ਚੱਪਣੀ ਵੀ ਲਾ ਦਿੱਤੀ। ਉਸ ਵਕਤ ਫਿਰ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਣੀ ਦਾ ਪਾਠ ਕਰ ਰਹੇ ਨੇ, ਜ਼ਾਲਮ ਨੀਂਹ ਚਿਣੀ ਜਾ ਰਹੇ ਨੇ, ਇੱਕ ਇੱਕ ਕਰਕੇ ਇੱਟ ਲਾ ਰਹੇ ਨੇ। ਉਸ ਵਕਤ ਜਦੋਂ ਨੀਂਹ ਪੂਰੀ ਚਿਣੀ ਗਈ, ਉਸ ਵਕਤ ਫਿਰ ਇੱਕ ਵਾਰ ਇੱਕ ਇੱਟ ਕੱਢ ਕੇ ਬੱਚਿਆਂ ਤੋਂ ਪੁੱਛਿਆ ਗਿਆ, ਬੱਚਿਓ ਹਜੇ ਵੀ ਸਮਾਂ, ਕੁੱਝ ਨਹੀਂ ਵਿਗੜਿਆ, ਕੰਡ ਢਾਹ ਦਿਆਂਗੇ, ਤੁਹਾਡੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ, ਇਸਲਾਮ ਕਬੂਲ ਲਓ, ਕਿਉਂ ਆਪਣੀਆਂ ਨਿੱਕੀਆਂ ਨਿੱਕੀਆਂ ਜਾਨਾਂ ਗਵਾਉਣੀ। ਪਰ ਸਾਹਿਬਜ਼ਾਦਿਆਂ ਨੇ ਇਨਕਾਰ ਕੀਤਾ, ਬੋਲਿਆ ਤਾਂ ਨਹੀਂ ਗਿਆ, ਗਰਦਨਾਂ ਹਿਲਾਈਆਂ ਸਾਨੂੰ ਮਨਜ਼ੂਰ ਨਹੀਂ। ਉਸ ਵਕਤ ਇਤਿਹਾਸ ਦੱਸਦਾ ਹੈ ਕਿ ਸਮਾਂ ਉਸ ਵਕਤ ਫਿਰ ਮੌਸਮ ਖਰਾਬ ਹੋਇਆ, ਬਿਜਲੀ ਕੜਕੀ, ਕੰਧ ਫਟਕ ਗਈ, ਕੰਧ ਫਟਣ ਦੇ ਨਾਲ ਸਾਹਿਬਜ਼ਾਦੇ ਧਰਤੀ ਤੇ ਡਿੱਗੇ, ਉਹਨਾਂ ਦੇ ਜ਼ਖਮ ਲੱਗੇ, ਸੱਟਾਂ ਲੱਗੀਆਂ। ਉਸ ਵਕਤ ਜ਼ਖਮੀ ਹਾਲਤ ਵਿੱਚ ਵੀ ਵਜ਼ੀਰ ਖਾਨ ਨੇੜੇ ਜਾਂਦਾ ਹੈ, ਬੱਚਿਓ ਹਜੇ ਵੀ ਸਮਾਂ ਹੈ, ਇਸਲਾਮ ਕਬੂਲੋ, ਪਰ ਨਹੀਂ ਮੰਨੇ। ਉਸ ਵਕਤ ਫਿਰ ਵਜ਼ੀਰ ਖਾਨ ਦੇ ਕਹਿਣ ਤੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਇਹ ਦੋਨੋਂ ਛੋਟੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਉੱਤੇ ਬੈਠ ਗਏ ਅਤੇ ਸਾਹਿਬਜ਼ਾਦਿਆਂ ਦੀਆਂ ਸਾਹ ਰਗਾਂ ਕੱਟ ਦਿੱਤੀਆਂ। ਉਸ ਵਕਤ ਫਿਰ 13 ਪੋਹ ਵਾਲੇ ਦਿਨ ਸਰਹੰਦ ਦੀ ਧਰਤੀ ਤੇ ਖੂਨ ਡੁੱਲਿਆ ਸਾਹਿਬਜ਼ਾਦਿਆਂ ਦਾ। ਉਸ ਵਕਤ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਕੋਲ ਭਾਈ ਮੋਤੀ ਰਾਮ ਮਹਿਰਾ ਖਰਾ ਸੀ। ਜਦੋਂ ਸਾਹਿਬਜ਼ਾਦਿਆਂ ਨੇ ਸ਼ਹੀਦ ਹੁੰਦਿਆਂ ਦੇਖਿਆ, ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗਿਆ। ਰੋਂਦਾ ਰੋਂਦਾ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਪਾਸ ਜਾਂਦਾ, ਮਾਤਾ ਜੀ ਬੋਲਿਆ ਤਾਂ ਨਹੀਂ ਗਿਆ, ਉੱਚੀ ਉੱਚੀ ਰੋਈ ਜਾ ਰਿਹਾ ਰੋਈ ਜਾ ਰਿਹਾ। ਮਾਤਾ ਪੁੱਛਦੇ ਨੇ, ਬੱਚੇ ਕੀ ਹੋਇਆ ਬੇਟਾ? ਉਸ ਵਕਤ ਭਾਈ ਮੋਤੀ ਰਾਮ ਰੋਂਦਾ ਰੋਂਦਾ ਮਾਤਾ ਜੀ ਨੂੰ ਇਉਂ ਦੱਸਦਾ ਹੈ, ਚਿਣਤੇ ਵਿੱਚ ਨੀਹਾਂ ਦੇ ਮਾਤਾ ਜੀ ਤੇਰੇ ਸੋਹਣੇ ਰਾਜ ਦੁਲਾਰੇ, ਚਿਣਤੇ ਵਿੱਚ ਨੀਹਾਂ ਦੇ ਮਾਤਾ ਜੀ ਤੇਰੇ ਸੋਹਣੇ ਰਾਜ ਦੁਲਾਰੇ, ਵਿੱਚ ਨੀਹਾਂ
ਕਿਣਦੇ ਤੂੰ ਨਿਹਾਲੇ ਸੋਹਣੇ ਰਾਜ ਦੁਲਾਰੇ ਤੇਰੇ ਸੋਹਣੇ ਰਾਜ ਦੁਲਾਰੇ ਰਾਜ ਦੁਲਾਰੇ ਤੇਰੇ ਸੋਹਣੇ ਰਾਜ ਦੁਲਾਰੇ ਤੇਰੇ ਸੋਹਣੇ ਰਾਜ ਤੇਰੇ ਸੋਹਣੇ ਰਾਜ ਤੇਰੇ ਸੋਹਣੇ ਰਾਜ ਦਿਨ ਤੇ ਵਿੱਚ ਨੀਹਾਂ ਨੇ ਮਾਤਾ ਜੀ ਤੇਰੇ ਸੋਹਣੇ ਲਾਲ ਪਿਆਰੇ ਦਿਨ ਤੇ ਵਿੱਚ ਨੀਹਾਂ ਨੇ ਮਾਤਾ ਜੀ ਤੇਰੇ ਸੋਹਣੇ ਲਾਲ ਪਿਆਰੇ ਨੀਹਾਂ ਨੇ ਮਾਤਾ ਜੀ ਤੇਰੇ ਸੋਹਣੇ ਲਾਲ ਪਿਆਰੇ ਦਿਨ ਤੇ ਵਿੱਚ ਨੀਹਾਂ ਨੇ ਮਾਤਾ ਜੀ ਤੇਰੇ ਸੋਹਣੇ ਲਾਲ ਉਸ ਵਕਤ ਮਾਤਾ ਗੁਜਰ ਜੀ ਪਾਸ ਮਾਤਾ ਗੁਜਰ ਕੌਰ ਜੀ ਪਾਸ ਮੋਤੀ ਰਾਮ ਮਹਿਰਾ ਆਇਆ ਮਾਤਾ ਜੀ ਨੂੰ ਸਾਰੀ ਵਾਰਤਾ ਦੱਸੀ ਉਸ ਵਕਤ ਫਿਰ ਮਾਤਾ ਜੀ ਨੇ ਵੀ ਆਪਣੀ ਸੁਰਤ ਨੂੰ ਦਸਵੇਂ ਦੁਆਰ ਚੜਾ ਕੇ ਮਾਤਾ ਜੀ ਵੀ ਸਰੀਰ ਛੱਡ ਦਿੱਤਾ ਸੋ ਫਿਰ ਟੋਡਰ ਮੱਲ ਨੇ ਜ਼ਮੀਨ ਉਸ ਵਕਤ ਦੀ ਸਰਕਾਰ ਪਾਸੋਂ ਮੋਹਰਾਂ ਖੜੀਆਂ ਕਰਕੇ ਲਈ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਆਓ ਐਸੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਕੋਟਾਨ ਕੋਟ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਾਡੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਆਓ ਵਡਭਾਗੇ ਹੋ ਜੋ ਤਿੰਨ ਦਿਨਾਂ ਤੋਂ ਸਰਦਾਰ ਗੁਲਜਿੰਦਰ ਸਿੰਘ ਜੀ ਪ੍ਰਧਾਨ ਜਿਨ੍ਹਾਂ ਨੇ ਉਪਰਾਲਾ ਕੀਤਾ ਸੰਗਤਾਂ ਦਾ ਜੋੜ ਮੇਲਾ ਕਰਵਾਇਆ ਤਿੰਨ ਦਿਨਾਂ ਦਾ ਸਾਨੂੰ ਗੁਰਮਤਿ ਸਮਾਗਮ ਬਖਸ਼ਿਆ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਨਿੱਕੀ ਗੋਦ ਵਿੱਚ ਬੈਠ ਕੇ ਹਰੀ ਜਸ ਕਰਨ ਦਾ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਸਾਨੂੰ ਸਮਾਂ ਬਖਸ਼ਿਆ ਆਓ ਅੱਜ ਤੀਸਰੇ ਦਿਨ ਦੇ ਦੀਵਾਨਾਂ ਦੀ ਸਮਾਪਤੀ ਹੈ ਸਮੂਹ ਸੰਗਤ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਤਿੰਨੇ ਦਿਨ ਹੀ ਵੱਧ ਗਿਣਤੀ ਚੜ੍ਹ ਕੇ ਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਆਓ ਹੁਣ ਸਮੇਂ ਦੀ ਸਮਾਪਤੀ ਹੈ ਮਹਾਰਾਜ ਜੀ ਕਿਰਪਾ ਕਰਨ ਪ੍ਰਬੰਧਕਾਂ ਨੂੰ ਉਪਰਾਲਾ ਬਖਸ਼ਣ ਇਸੇ ਤਰ੍ਹਾਂ ਹੀ ਹਰ ਸਾਲ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਵੇ ਅਤੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਆਪਾਂ ਜੁੜ ਮਿਲ ਕੇ ਸਤਸੰਗਤ ਕਰਿਆ ਕਰੀਏ ਆਓ ਅਰਦਾਸ ਬੇਨਤੀ ਕਰਕੇ ਜਾਈਏ ਮਹਾਰਾਜ ਕਿਰਪਾ ਕਰਨੀ ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਆਓ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਦਾਸ ਪਾਸੋਂ ਤਿੰਨੇ ਦਿਨ ਗੁਰਬਾਣੀ ਦੀ ਵਿਚਾਰ ਕਰਦਿਆਂ ਕਥਾ ਦੀ ਇਤਿਹਾਸ ਦੀ ਵਿਚਾਰ ਕਰਦਿਆਂ ਏਕ ਨੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰ ਮਹਾਰਾਜ ਤੇ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ ਆਓ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਮਨੁੱਖ ਭੁੱਲਣ ਹਾਰ ਹੈ ਪਰ ਪਰਮੇਸ਼ਰ ਸਦਾ ਹੀ ਬਖਸ਼ਣ ਹਾਰ ਹੈ ਲੇਖੈ ਕਤੈ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਔਗਣ ਹਾਰਿਆਂ ਨੂੰ ਬਖਸ਼ ਲੈਣਾ ਸਾਡੇ ਔਗਣਾਂ ਨੂੰ ਨਾ ਚਿਤਾਰਨਾ ਆਓ ਸਮੂਹ ਸੰਗਤ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤਿੰਨੇ ਦਿਨ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਾਡੇ ਬਹੁਤ ਸਤਿਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੋ ਕਿ ਸੰਗਤਾਂ ਵਿੱਚ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਕੋਟਾਨ ਕੋਟ ਧੰਨਵਾਦ ਆਓ ਹੁਣ ਆਨੰਦ ਸਾਹਿਬ ਜੀ ਦੀ ਬਾਣੀ ਸਾਥ ਦਿਓ ਕੋਈ ਵੀ ਰਸਨਾ ਬਣ ਜਾਓ ਰਾਮ ਕਲੀ ਮਲਾ ਤੀਜਾ ਆਨੰਦ ਕਿਉਂ ਕਾਲਾ ਸਤਿਗੁਰ ਪ੍ਰ
ਸਾ ਨੰਦ ਪਿਆ ਮੇਰੀ ਮਾਏ ਸੰਤ ਗੁਰੂ ਮੈਂ ਰਾਜਰ ਤਨ ਪਰਵਾਰ ਪਰਿਆ ਹਰੀ ਕੇਰਾ ਮਨ ਜਨੀ ਬਸਾਇਆ ਸਤ ਗੁਰੂ ਮੈਂ ਪਾਇਆ ਮਨ ਮੇਰੇ ਤੂੰ ਸਦਾਰੋ ਹਰ ਨਾਲੇ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਕਰਨਾ ਤੇਰੇ ਸਭ ਕਿਸੇ ਸੋ ਪਾਵੇ ਨਾਨਕ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੀ ਸਾਹਿਬ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਦਵਾਈਆਂ ਦਾ ਜਾਤ ਸੁਖਮਨ ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਹਦੀਆਂ ਏ ਵਡਿਆਈਆਂ ਸਾਚਾ ਨਾਮ ਮੇਰਾ ਆਧਾਰੋ ਵਾਜੇ ਵੰਚਿਤ ਕਾਰ ਸੁਭਾਗੈ ਪੰਚ ਸੁਤ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਐ ਨਾਨਕ ਤੈ ਸੁਖੋ ਆਸਿਸ ਕਰ ਅਨੰਦ ਵਾਜੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਿਸੂਰੇ ਸੰਤ ਸਾਜਨ ਪਏ ਸਰਦੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨਿਤ ਕੈ ਧਨਵਾਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਸੂਰੇ ਗੋ ਪਾਵਣੇ ਗੁਰੂ ਪਾਣੀ ਪਿਤਾ ਮਾਤਾ ਸਰਤ ਮਾਤ